ਗਿਨੇਪਟੀ ਸਾਹਿਬ ਗੁਰਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਗੱਲ ਇਹ ਹੈ, ਆਪਾਂ ਕਿਸਾਨ ਮਸਲੇ ਦੀ ਹੀ ਗੱਲ ਕਰਦੇ ਆ ਪੱਟੀ ਸਾਹਿਬ। ਹੁਣ ਮੈਂ ਨਾਂ ਰੱਖਿਆ ਜੀ ਚੋਣ ਨਿਸ਼ਾਨ ਟਰੈਕਟਰ, ਕਿਸੇ ਦਾ ਖੱਟਾ, ਕਿਸੇ ਦਾ ਲਾਲ, ਕਿਸੇ ਦਾ ਨੀਲਾ ਤੇ ਕਿਸੇ ਦਾ ਹਰਾ। ਠੀਕ ਹੈ ਜੀ, ਟਰੈਕਟਰ ਦਾ ਚਾਰ ਹੈਰਾਨੀ ਵੇਖੋ, ਰੰਗ ਅੱਡੋ ਅੱਡ ਨੇ ਤੇ ਬ੍ਰਾਂਡ ਵੀ ਅੱਡੋ ਅੱਡ ਨੇ। ਹੁਣ ਸਿਆਸਤ ਖੇਡੀ ਜਾ ਰਹੀ ਹੈ ਕਿਸਾਨਾਂ ਦੇ ਨਾਂ ਤੇ, ਤਾਂ ਪਹਿਲੇ ਵੀ ਤੁਸੀਂ ਸਾਡੀਆਂ ਆਪਦੀਆਂ ਵੋਟਾਂ ਦੀ ਫਸਲ ਕੱਟਦੇ ਰਹੇ ਹੋ, ਪਰ ਕੋਈ ਬੰਦਾ ਨੀ ਜਾ ਕੇ ਕਹਿੰਦਾ ਵੀ ਆਜੋ ਭਾਈ ਸਿਰ ਜੋੜ ਕੇ ਚੱਲੀਏ ਦਿੱਲੀ ਵੱਲ ਨੂੰ, ਪੰਜ ਬੰਦੇ ਉਹਨੂੰ ਬਣਾਈਏ ਪਤੰਦਰਾ, ਤੂੰ ਗੱਲ ਤਾਂ ਸੁਣ ਲੈ, ਕਿਉਂ ਮਾਰਦਾ ਸਾਰੇ ਦੇਸ਼ ਨੂੰ। ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਵੀ ਬੀਜੇਪੀ ਤਾਂ ਲੱਗੀ ਹੋਈ ਹੈ ਵੀ ਭਾਈ ਇਹ ਸਾਰਾ ਕੁਝ ਸਹੀ ਹੈ, ਮੀਡੀਆ ਵੀ ਕੁਛ ਲੱਗਿਆ ਹੋਇਆ, ਅਰਥ ਸ਼ਾਸਤਰੀ ਵੀ ਵੰਡ ਤੇ ਹੁਣ ਦੋ ਹਿੱਸਿਆਂ ਦੇ, ਹਾਂਜੀ, ਤੇ ਕਹਿੰਦੇ ਬਾਪੂ ਨੂੰ ਕੱਲਾ ਛੱਡਤਾ, ਦੱਸੋ ਕੀ ਬਣੀ ਜਾਂਦਾ। ਬੇਸਿਕਲੀ ਜੀ ਸਾਡੇ ਸਰਦਾਰਾ ਸਿੰਘ ਜੌਲ ਵੱਡੇ ਵੱਡੇ ਅਰਥ ਸ਼ਾਸਤਰੀ, ਉਹਨਾਂ ਨੇ ਇਹਨਾਂ ਬਿੱਲਾਂ ਦੀ ਸਪੋਰਟ ਕੀਤੀ ਜੀ, ਤੇ ਜਿੰਨੇ ਬਾਕੀ ਅਰਥਸ਼ਾਸਤਰੀ ਸੀ ਉਹ ਛੱਡ ਕੇ ਪਾਸੇ ਹੋ ਗਏ, ਤੇ ਉਹਨਾਂ ਆਪਣੇ ਉਹਨਾਂ ਰੋਣਾ ਰੋਇਆ ਆਪਣੀ ਫੇਸਬੁੱਕ ਤੇ, ਮਹਾਰਾਜ ਬਾਪੂ ਨੂੰ ਕੱਲੇ ਛੱਡਦਾ ਤੁਸੀਂ, ਦੱਸੋ ਕੀ ਗਲਤੀ ਹੋ ਗਈ। ਅੱਛਾ ਜੀ, ਹੁਣ ਸਰਦਾਰਾ ਸਿੰਘ ਜੌਲ ਇਹ ਕਹਿੰਦੇ ਆ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ, ਇਹਨਾਂ ਬਿਲਕੁਲ ਕਾਲੀ ਕੀਤੀ ਆ ਜੀ, ਇਹਨਾਂ ਨੂੰ ਏਦਾਂ ਬਿੱਲ ਨਹੀਂ ਸੀ ਪਾਸ ਕਰਨੇ ਚਾਹੀਦੇ, ਇਹਨਾਂ ਨੂੰ ਆਰਡੀਨੈਂਸ ਨਹੀਂ ਸੀ ਲਾਉਣਾ ਚਾਹੀਦਾ, ਇਹ ਸਿੱਧਾ ਬਿੱਲ ਲੈ ਕੇ ਉਹਦੇ ਉੱਤੇ ਘੱਟੋ ਘੱਟ ਦੋ ਸੈਸ਼ਨ ਡਿਸਕਸ਼ਨ ਹੁੰਦੀ, ਵਿਚਾਰ ਚਰਚਾ ਹੁੰਦੀ, ਫੇਰ ਤੁਸੀਂ ਪਾਸ ਕਰਦੇ ਤੇ ਸਭ ਨੂੰ ਪਤਾ ਲੱਗਦਾ ਤੁਸੀਂ ਕਰ ਕੀ ਰਹੇ ਹੋ ਤੇ ਕਮਾ ਕੀ ਰਹੇ। ਜਿਹੜੀ ਧੱਕੇਸ਼ਾਹੀ ਤੁਸੀਂ ਕੀਤੀ ਉਹਨਾਂ ਨਾਲ ਸਹਿਮਤ ਨਹੀਂ, ਲੇਕਿਨ ਫੇਰ ਵੀ ਇਹ ਜਿਹੜੇ ਬਿੱਲ ਆਏ ਇਹ ਅੱਜ ਨਹੀਂ 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ APMA ਦੇ ਵਿੱਚ ਜਿਹੜੀ ਸੀ ਉਹ ਤਬਦੀਲੀ ਕੀਤੀ, ਰੈਸ਼ਨਲ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਗੱਲ ਕਹੀ ਸੀ ਜਿਹੜੇ ਤੁਹਾਡੇ ਪ੍ਰਾਈਵੇਟ ਪਲੇਅਰ ਉਹ ਖਰੀਦ ਸਕਦੇ ਜੀ, ਇਹ ਇਹ ਬੁਨਿਆਦ ਕੈਪਟਨ ਅਮਰਿੰਦਰ ਸਿੰਘ ਰੱਖੀ ਸੀ। ਉਹ ਕਹਿੰਦੇ ਵੀ ਕੱਲੇ ਇਹੋ ਹੀ ਨੀ, ਜਿਹੜੇ ਅਕਾਲੀਆਂ ਚ ਰੌਲਾ ਪਾਉਂਦੇ ਪਏ ਸੀ ਇੱਥੋਂ ਛੱਡ ਕੇ ਆ ਗਏ ਜੀ, ਆਪਣੀ ਭਾਜਪਾ ਛੱਡ ਕੇ ਆ ਗਏ, ਫੈਡਰਲ ਸਿਸਟਮ ਦੀ ਗੱਲ ਕਰਦੇ ਆ, ਉੱਥੇ ਕਮੇਟੀ ਵੀ ਬਣਾਤੀ ਆ, ਉਹਦੇ ਤੋਂ ਇਹ ਗੱਲ ਕਹਿ ਰਹੇ ਨੇ ਵੀ ਭਾਈ 2013 ਦੇ ਵਿੱਚ ਅਕਾਲੀਆਂ ਨੇ ਕਿਹਾ ਸੀ ਕੰਟਰੈਕਟ ਸਿਸਟਮ ਲਾਗੂ ਤਾਂ ਜਾ ਸਕਦਾ, ਹਾਂਜੀ ਹਾਂਜੀ, ਉਹ ਵੀ ਲਾਗੂ ਕਰੋ, ਉਹ ਵੀ ਜੇ ਕਿਸੇ ਨੇ ਕੰਟਰੈਕਟ ਕਰਨਾ ਕਰ ਲੇ। ਤੀਜੇ ਪਾਸੇ ਉਹ ਇਹ ਗੱਲ ਕਹਿੰਦੇ ਆ ਵੀ ਮੈਂ ਕੁਛ ਗਲਤ ਨੀ ਕੀਤਾ, 2017 ਦੇ ਵਿੱਚ ਇਹਨੇ ਕਾਂਗਰਸ ਨੇ ਕੀਤਾ, ਜੇ 2020 ਚ ਹੁਣ ਕਰ ਦਿੱਤਾ ਮੈਂ ਇਹ ਗੱਲ ਕਹਿੰਦਾ ਕਾਲੀ ਕੀਤੀ ਹੈ ਜੀ, ਲੇਕਿਨ ਇਹ ਕਿਸਾਨਾਂ ਦੇ ਖਿਲਾਫ ਨੀ, ਇਹ ਪਹਿਲੀਆਂ ਜਿਹੜੇ ਇਹਨਾਂ ਬੀਜ ਬੀਜੇ ਸੀ ਅਕਾਲੀਆਂ ਦੇ ਤੇ ਕਾਂਗਰਸ ਦੇ, ਉਹੀ ਉਹਦਾ ਨਤੀਜਾ ਹੈਗਾ ਜੀ। ਤੁਸੀਂ ਕਿਉਂ ਇੱਕ ਪਾਸੇ ਨੂੰ ਕਿਉਂ ਚੱਲਦੇ, ਉਹਦੇ ਉੱਤੇ ਫਿਰ ਜਿਹੜੇ ਉਹਨਾਂ ਦੀ ਇੰਨੀ ਗੱਲ ਕਹਿ ਦਿੱਤੀ ਵੀ ਤੁਹਾਈ ਤੁਸੀਂ ਗਲਤ ਕਰ ਰਹੇ ਹੋ, ਬਾਪੂ ਨੂੰ ਕੱਲੇ ਛੱਡਦਾ ਤੁਸੀਂ ਜੀ। ਉਹ ਕਹਿੰਦੇ ਆ ਵੀ ਜਿਹੜੇ ਬੰਦੇ ਅੱਜ ਵਿਦਵਾਨ ਬੜੇ ਵੱਡੇ ਵੱਡੇ ਆ ਉਹਨਾਂ ਚ ਬਹੁਤੇ ਜਿਹੜੇ ਬੰਦੇ ਮੇਰੇ ਪੜ੍ਹਾਏ ਹੋਏ ਨੇ, ਮੈਂ ਪੜ੍ਹਾਇਆ ਤੇ ਵਿਦਵਾਨ ਬਣੇ ਨੇ ਉਹ ਜੀ, ਲੇਕਿਨ ਅੱਜ ਉਹ ਮੇਰੀ ਆਲੋਚਨਾ ਕਰਦੇ ਆ। ਲੇਕਿਨ ਉਹ ਇਹ ਵੀ ਗੱਲ ਕਹਿੰਦੇ ਆ, ਉਹ ਕਹਿੰਦੇ ਵੀ ਵੇਖੋ ਜਿਹੜੀ ਪੰਜਾਬ ਐਗਰੋ ਆ ਜੀ, ਪੰਜਾਬ ਐਗਰੋ ਦੀ ਇੱਕ ਵਾਰੀ ਇਹਨਾਂ ਨੇ ਕੀਤਾ ਸੀ ਕੰਟਰੈਕਟ ਸਿਸਟਮ ਕੀਤਾ ਸੀ, ਕੰਟਰੈਕਟ ਸਿਸਟਮ ਦੇ ਵਿੱਚ ਇਹਨਾਂ ਕੀਤਾ ਸੀ ਵੀ ਮੱਕੀ ਬੀਜ, ਮੱਕੀ ਉੱਗੀ ਨੀ, ਕਿਸਾਨ ਕਿੱਥੇ ਜਾਵੇ ਹੁਣ, ਦੱਸੋ ਕਿਸਾਨ ਕਿੱਥੇ ਜਾਵੇ, ਕਹਿੰਦਾ ਮੈਂ ਤਾਂ ਠੀਕ ਨੇ ਖਿਲਾਫ, ਇਹ ਗੱਲਾਂ ਵੀ ਹੋਣੀ ਚਾਹੀਦੀਆਂ। ਜਿਹੜੀ ਹੁਣ ਕੰਟਰੈਕਟ ਸਿਸਟਮ ਆ, ਕੰਟਰੈਕਟ ਸਿਸਟਮ ਨੂੰ ਉਹ ਕਹਿੰਦੇ ਗਲਤ ਮਤਲਬ ਲੈ ਜਾ ਰਿਹਾ, ਤੇ ਤੁਸੀਂ ਮੇਰੀ ਵੀ ਗੱਲ ਸੁਣੀ, ਆਓ ਬੈਠ ਕੇ ਵਿਚਾਰ ਕਰੀਏ ਆਪਾਂ, ਤੇ ਵਿਚਾਰ ਕਰਕੇ ਤੇ ਇਹਨੂੰ ਜਿਹੜਾ ਸੀ ਕਿਸੇ ਬੰਨੇ ਲਈ ਆਪਾਂ। ਉਹ ਕਹਿੰਦੇ ਵੀ ਮੇਨ ਗੱਲ ਜਿਹੜੀ ਸਰਕਾਰ ਆ, ਸਰਕਾਰ ਨੂੰ ਕੋਈ ਤਕਲੀਫ਼ ਨੀ, ਕਿਸਾਨ ਕੋਲ ਇਕੱਠੇ ਖੂਹ ਦੇ ਵਿੱਚ, ਸਰਕਾਰ ਨੂੰ ਸਿਰਫ ਇਹਦੀ ਗੱਲ ਆ ਵੀ ਇਹ ਜਿਹੜੀ ਸਾਡੀ ਮਾਰਕੀਟ ਫੀਸ ਦੀ 4000 ਜਿਹੜੀ ਕੱਟੀ ਜਾਣੀ ਹੈ ਸੀ, 4000 ਕਰੋੜ ਦੀ, ਉਹਦੀ ਦੁੱਖ ਨੂੰ ਹੋਰ ਕੋਈ ਦੁੱਖ ਨੀ ਉਹਨਾਂ ਦੇ, ਕਿਸਾਨ ਦਾ ਕੋਈ ਦੁੱਖ ਨੀ, ਕਿਸਾਨ ਜਿੱਥੇ ਮਰਜ਼ੀ ਜਾਵੇ। ਬਹੁਤੇ ਲੋਕ ਤੇ ਉਹ ਨੇ ਜਿਹਨਾਂ ਕਦੀ ਖੇਤੀ ਕਰਕੇ ਵੇਖੀ ਨੀ, ਰੌਲਾ ਤਾਂ ਆਹੀ ਹੈ ਨਾ ਜੀ, ਉਹੀ ਸਲਾਹ, ਜਿਹਨਾਂ ਨੂੰ ਪਤਾ ਜੀ ਖੇਤੀ ਕੀ ਹੁੰਦੀ ਆ, ਉਹ ਅੱਗੇ ਲੱਗੇ ਨੇ, ਉਹ ਮਰੇ ਬਣੇ ਨੇ। ਜਿਹੜੇ ਕਿਸਾਨ ਨੇ ਜਿਹਨਾਂ ਖੇਤੀ ਕੀਤੀ ਆ, ਜਿਹਨਾਂ ਸੱਪਾਂ ਦੀਆਂ ਸਿਰੀਆਂ ਮੀਡੀਆ ਵਾ, ਜਿਹੜੇ ਰਾਤ ਰਾਤ ਉੱਠ ਕੇ ਨੱਕੇ ਮੋੜਦੇ ਨੇ, ਜਿਹੜੀਆਂ ਮੋਟਰਾਂ ਚਲਾਉਂਦੇ ਆ, ਨਹਿਰੀ ਪਾਣੀ ਲਾਉਂਦੇ, ਉਹਦੀ ਗੱਲ ਨੀ ਸੁਣਦੇ ਤੁਸੀਂ, ਉਹਦੀ ਵੀ ਗੱਲ ਸੁਣੋ। ਉਹ ਕਹਿੰਦੇ ਵੀ ਕੁਛ ਲੋਕ ਮੇਰੇ ਕੋਲ ਆਏ ਸੀ ਇਕੱਠੇ ਹੋ ਕੇ,
ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਸਮਝਾਇਆ ਸੀ, ਕਹਿੰਦੇ ਚਲੋ ਠੀਕ ਤੁਸੀਂ ਅੱਗੇ ਲੱਗੋ, ਕਹਿੰਦੇ ਨਾ ਅੱਗੇ ਕਿਸਾਨ ਨੂੰ ਅੱਗਣਾ ਪਊਗਾ, ਮੈਂ ਪਿੱਛੇ ਲੱਗੂਗਾ। ਹੁਣ ਉਹਦੇ ਮੁਕਾਬਲੇ ਚ ਕੀ ਕਹਿੰਦੇ ਤੁਹਾਡੇ ਆਪਣੇ ਡਾਕਟਰ ਗਿਆਨ ਸਿੰਘ, ਡਾਕਟਰ ਗਿਆਨ ਸਿੰਘ ਨਾਲ ਆਪਾਂ ਕਰ ਲਈਏ ਪਹਿਲਾਂ ਡਾਕਟਰ ਸਰਜੀਤ ਸਿੰਘ ਛੀਨਾ ਉਹਦੇ ਅਰਥਸ਼ਾਸਤਰੀ ਦੇ, ਡਾਕਟਰ ਸਚੀਨਾ ਇਹ ਕਹਿੰਦੇ ਆ ਵੀ ਜਿਹੜਾ ਰੌਲਾ ਪਾਇਆ ਜਾ ਰਿਹਾ MSP ਕਦੀ ਵੀ ਖਤਮ ਨਹੀਂ ਹੋ ਸਕਦੀ, MSP ਨਹੀਂ ਖਤਮ ਹੋਏਗੀ। ਪ੍ਰਧਾਨ ਮੰਤਰੀ ਨੇ ਕਿੰਨੀ ਵਾਰੀ ਕਹਿਤਾ, ਇੱਕ ਜ਼ਿੰਮੇਵਾਰ ਬੰਦਾ ਨੇ ਕਿਹਾ ਵਾ। ਦੂਸਰੀ ਚੀਜ਼ FC ਦੀ ਗੱਲ ਕੀਤੀ ਤੁਸੀਂ, ਕਹਿੰਦਾ FC ਇਸ ਕਰਕੇ ਨੀ ਖਤਮ ਹੋ ਜਾਏਗੀ ਵੀ 67% ਜਿਹੜੀ ਇਹ ਫੂਡ ਸਿਕਿਉਰਿਟੀ ਦਿੰਦੇ ਆ ਸਾਡੀ ਗਵਰਨਮੈਂਟ ਦਿੰਦੀ, ਉਹ ਕਿੱਥੋਂ ਦੇਣੀ ਮੁੜ ਕੇ ਜੇ FC ਖਤਮ ਹੋ ਗਈ ਤੇ। FC ਖਤਮ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੋਂ ਇਹ ਗੱਲ ਕਹਿੰਦੇ ਵੀ ਕੰਟਰੈਕਟ ਫਾਰਮ ਦੇ ਵਿੱਚ ਸਿਰਫ ਜਿਹੜੀ ਉਹ ਫਸਲ ਦੀ ਕੰਟਰੈਕਟ ਹੁੰਦਾ ਵਾ, ਨਾ ਕਿ ਜ਼ਮੀਨ ਦਾ। ਇਹ ਡਾਕਟਰ ਸਰਜੀਤ ਸਿੰਘ ਛੀਨਾ ਕਹਿ ਰਹੇ ਨੇ ਜੀ, ਉਹ ਤਾਂ ਆਪਣੀ ਗੱਲ ਹੋਈ ਸੀ, ਲਗਭਗ ਸਰਦਾਰਾ ਸਿੰਘ ਜੋਲ ਦੇ ਨਾਲ ਹੀ ਲਗਭਗ ਉਹਦੀ ਗੱਲ ਬਤੇਗੀ। ਹੁਣ ਡਾਕਟਰ ਗਿਆਨ ਸਿੰਘ ਜੀ ਕਹਿੰਦੇ ਜੀ, ਡਾਕਟਰ ਗਿਆਨ ਸਿੰਘ ਕਹਿੰਦੇ ਆ ਵੀ 2006 ਦੇ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਅਮੈਂਡਮੈਂਟ ਕੀਤੀ, ਰੈਸ਼ਨਲ ਕੀਤਾ ਐਕਟ ਜੀ, ਉਹਨੇ ਕਹਿਤਾ ਵੀ ਇਹ ਜਿਹੜੀ ਤੁਸੀਂ ਜਿਹੜੀ ਆਪਣੇ ਨਕਲੀ ਨਿੱਜੀਕਰਨ ਦੀ ਗੱਲ ਕੀਤੀ ਉਹਨਾਂ ਨੇ, ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਵੀ ਨਿੱਜੀਕਰਨ ਦੀ ਗੱਲ ਕੀਤੀ, ਲੇਕਿਨ ਮੰਡੀ ਨੀ ਖਤਮ ਕੀਤੀ ਜੀ, ਉਹਨੇ ਮੰਡੀ ਖਤਮ ਕਰਨ ਦੀ ਕਿਤੇ ਨੀ ਗੱਲ ਕੀਤੀ, ਨਾ ਉਹਨੇ ਮੰਡੀ ਫੀਸ ਖਤਮ ਕਰਨ ਦੀ ਗੱਲ ਕੀਤੀ ਵੀ ਜੇ ਪ੍ਰਾਈਵੇਟ ਪਲੇਅਰ ਨੇ ਖਰੀਦਣਾ ਤੇ ਉਹ ਮੰਡੀ ਨੂੰ ਜਾ ਕੇ ਖਰੀਦੇ, ਬਾਹਰੋਂ ਨਾ ਖਰੀਦੇ ਜੀ, ਕਿ ਉਹ ਜੇ ਉਹ ਸਿਸਟਮ ਚੱਲਦਾ ਸੀ ਕਿਉਂ ਉਹਨੂੰ ਬਦਲਿਆ ਜਾ ਰਿਹਾ, ਚੱਲਦਾ ਰਹਿਣ ਦਿਓ। ਦੂਜੇ ਪਾਸੇ ਉਹ ਕਹਿੰਦਾ 2013 ਚ ਅਕਾਲੀਆਂ ਨੇ ਕੰਟਰੈਕਟ ਦੀ ਗੱਲ ਜ਼ਰੂਰ ਕੀਤੀ ਸੀ, ਲੇਕਿਨ ਉਹ ਇੰਪਲੀਮੈਂਟ ਨਹੀਂ ਹੋਈ ਜੀ, ਹੁਣ ਤੁਸੀਂ ਇੰਪਲੀਮੈਂਟ ਧੱਕੇ ਨਾਲ ਕਰਨ ਜਾ ਰਹੇ ਹੋ। ਕਹਿੰਦੇ ਅਸੀਂ ਬਾਪੂ ਦੇ ਖਿਲਾਫ਼ ਨੀ, ਬਾਪੂ ਸਾਡਾ ਸਤਿਕਾਰਯੋਗ, ਕਿਉਂ ਛੱਡਾਂਗੇ, ਬਾਪੂ ਸਾਡਾ ਵਾ, ਲੇਕਿਨ ਬਾਪੂ ਨੇ ਜਿਹੜੀ ਇਹ ਗਲਤ ਗੱਲ ਕੀਤੀ ਉਸ ਗਲਤ ਗੱਲ ਦੇ ਅਸੀਂ ਖਿਲਾਫ਼ ਹਾਂ। ਹੁਣ ਅੱਗੇ ਚੱਲਦੇ ਜੀ, ਇੱਕ ਹੋਰ ਵਿਦਵਾਨ ਨੇ ਇਹਨਾਂ ਦੇ BJP ਦੇ ਬੜੇ ਵੱਡੇ ਆਗੂ ਨੇ, ਉਹ ਦਿੱਲੀ ਨੇ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇਹ ਮਸਲਾ ਹੱਲ ਕਿਵੇਂ ਹੋ ਸਕਦਾ। ਮੈਂ ਕਿਹਾ ਜੀ, ਪਹਿਲੀ ਗੱਲ ਤੁਸੀਂ ਇੱਕ 8-ਮੈਂਬਰੀ ਕਮੇਟੀ ਬਣਾਈ, ਉਹਨੂੰ ਬਣਾਇਆ ਸੁਰਜੀਤ ਸਿੰਘ ਜਿਆਣੀ ਨੂੰ ਉਹਦਾ ਚੇਅਰਮੈਨ, ਇੱਥੇ ਤੁਸੀਂ ਬਣਾਉਂਦੇ ਕੋਈ ਜੱਟ ਨਹੀਂ, ਜੱਟ ਹੀ ਹੈ ਜੀ, ਜਾਟ ਆ ਉਹ, ਸੁਰਜੀਤ ਕੁਮਾਰ ਜਿਆਣੀ ਹੈ ਨਾ, ਅੱਛਾ ਕੁਮਾਰ ਆ ਗਿਆ ਨਾ, ਤਾਂ ਕਰਕੇ ਹਾਂ ਜੀ, ਉਹਨੂੰ ਬਣਾਇਆ ਜੱਟ, ਉਹ ਜਿਆਣੀ ਨੂੰ ਤੁਸੀਂ ਬਣਾ ਦਿੱਤਾ। ਉਹ ਕਹਿੰਦੇ ਬੜਾ ਵੱਡਾ ਫਾਰਮਰ, ਮੈਂ ਕਿਹਾ ਬਿਲਕੁਲ ਫਾਰਮਰ, ਉਹ ਵੱਡੇ ਫਾਰਮਰ ਹੈਗੇ, ਕੋਈ ਗੱਲ ਨੀ, ਲੇਕਿਨ ਜੱਟ ਦੇ ਉੱਤੇ ਨਾਲ ਜਦੋਂ ਜੱਟ ਲੱਗਾ ਹੁੰਦਾ ਨਾ, ਫਿਰ ਜੱਟਾਂ ਦੀ ਰਿਸ਼ਤੇਦਾਰੀ ਵਿੱਚ ਕੰਮ ਕਰਦੀ। ਉਹਦੇ ਵਿੱਚ ਹਰਜੀਤ, ਉਹਨੇ ਮੈਨੂੰ ਕਿਹਾ ਜੀ ਹਰਜੀਤ ਗਰੇਵਾਲ ਨੇ ਸਗੋਂ ਗੁੱਸਾ ਕੀਤਾ ਸੀਗਾ ਚੇਅਰਮੈਨ ਮੈਨੂੰ ਬੁਲਾਉਣ 'ਚ, ਮੈਂ ਬਰਾਬਰ ਚ ਸੀਗਾ। ਹਰਜੀਤ ਗਰੇ ਹਰਜੀਤ ਸਿੰਘ ਗਰੇਵਾਲ ਇੱਕ ਸੋਬਰ ਕਿਸਮ ਦਾ ਆਦਮੀ, ਉਹ ਮਾੜਾ ਬੰਦਾ ਨੀ ਹੈਗਾ, ਉਹ ਗੱਲ ਠੋਕ ਵਜਾ ਕੇ ਕਦੀ ਜਾਣਦਾ ਵਾ। ਔਰ ਉਸ ਬੰਦੇ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ BJP ਦੇ ਵਿੱਚ ਸਿੱਧੂ ਦੀ ਵਾਪਸੀ ਨਹੀਂ ਹੋਏਗੀ, ਸਭ ਤੋਂ ਪਹਿਲਾਂ ਆਪਾਂ ਸਾਂਝੀ ਕੀਤੀ ਸੀ ਤੇ ਅੱਜ ਵੀ ਡਿਟਿਆ ਵੀ ਸਿੱਧੂ ਦੀ ਵਾਪਸੀ BJP ਚ ਨਹੀਂ ਹੋਏਗੀ। ਹੁਣ ਤੁਸੀਂ ਬਣਾ ਦਿੱਤਾ, ਉਹ ਕਹਿੰਦੇ ਹੱਲ ਕਿਸ ਤਰ੍ਹਾਂ ਨਹੀਂ ਕਰਦਾ, ਮੈਂ ਕਿਹਾ ਹੱਲ ਤਾਂ ਇੱਕੋ ਹੀ ਹੈ, ਤੁਹਾਡੀ 8-ਮੈਂਬਰੀ ਕਮੇਟੀ ਬੌਸ ਨਾ ਬਣੀ, ਉਹ 31 ਕਿਸਾਨ ਜਥੇਬੰਦੀਆਂ ਤੇ 31 ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਜਾ ਕੇ ਮਿਲੇ ਜੀ, ਉਹਨਾਂ ਨੇ ਜਾ ਕੇ ਮਿਲੇ, ਜਾ ਕੇ ਮਿਲ ਤੋਂ ਬਾਅਦ ਸਾਰਿਆਂ ਨਾਲ ਫਿਰ ਮੀਟਿੰਗ ਕਰੇ, ਮੀਟਿੰਗ ਕਰਕੇ ਫਿਰ ਤੁਹਾਡੇ ਜਿਹੜੇ ਹਰਿਆਣਾ ਦੇ ਕਿਸਾਨ ਆ ਤੇ ਪੰਜਾਬ ਦੇ ਕਿਸਾਨ ਆ, ਜਿਹੜੀ ਕਿਸਾਨ ਯੂਨੀਅਨ ਆ, ਕਿਉਂਕਿ 30 ਯੂਨੀਅਨ ਜਿਹੜੀਆਂ ਵਾ ਹਰਿਆਣੇ ਦੇ ਵਿੱਚ ਨੇ ਤੇ 31 ਸਾਡੇ ਪੰਜਾਬ ਦੇ ਵਿੱਚ ਨੇ, 61 ਹੋ ਗਈਆਂ, 61 ਯੂਨੀਅਨ ਦੇ ਲੀਡਰਾਂ ਨੂੰ ਚੰਡੀਗੜ੍ਹ ਬੁਲਾ ਕੇ ਤੁਸੀਂ ਤੋਮਰ ਜਿਹੜਾ ਐਗਰੀਕਲਚਰ ਮਿਨਿਸਟਰ ਆ ਉਹਦੇ ਨਾਲ ਗੱਲਬਾਤ ਕਰਾਓ, ਉਹਦੇ ਨਾਲ ਗੱਲਬਾਤ ਜਿਹੜੀ ਪਹਿਲੀ ਤੁਸੀਂ ਗਲਤੀ ਕਰ ਲਈ ਆ ਹੁਣ ਸੁਧਾਰੋ, ਉਹਨੂੰ ਉਹ ਆਪਣਾ ਪੱਖ ਰੱਖਣ, ਉਹ ਆਪਣਾ ਪੱਖ ਰੱਖੇ, ਜਿਹੜੀ ਸੋਧ ਦੀ ਲੋੜ ਕਿਉਂ ਨੀ ਕੀਤੀ ਜਾ ਸਕਦੀ, ਖੁਦ ਕਰ ਲਓ ਕਰ ਲਓ। ਹਾਂ, ਉਹਦਾ ਮਤਲਬ ਸੀ ਅੱਜ ਇਹ ਜਿਹੜਾ ਅੰਦੋਲਨ ਆ ਬੇਸਿਕਲੀ ਨਾ ਇਹ ਡਰਦੇ ਪਤਾ ਕਿਉਂ ਆ, ਡਰਦੇ ਇਸ ਕਰਕੇ ਆ ਵੀ ਪੰਜਾਬ ਤੇ ਹਰਿਆਣਾ ਇਕੱਠਾ ਹੋ ਗਿਆ, ਇਹਨਾਂ ਨੂੰ ਇਹਨਾਂ ਦੋਵਾਂ ਦੀ ਬਹੁਤੀ ਪਰਵਾਹ ਨੀ। ਕੱਲ ਉੱਥੇ ਬੰਗਾਲ ਦੇ ਵਿੱਚ ਇਹਨਾਂ ਨੇ ਇਹਨਾਂ ਆਰਡੀਨੈਂਸ ਬਿੱਲਾਂ ਦੇ ਖਿਲਾਫ਼ ਜਿਹੜਾ BJP ਵਾਲਿਆਂ ਨੇ ਉੱਥੇ ਜੀ ਜਲੂਸ ਕੱਢਿਆ, BJP ਦੇ ਬਿੱਲਾਂ ਦੇ ਹੱਕ ਚ, ਬਿੱਲਾਂ ਦੇ BJP ਨੇ ਬਿੱਲਾਂ ਦੇ ਹਾਂ, ਉੱਥੇ ਜਿਹੜੇ ਸੀ TMC ਦੇ ਕਾਰਤੂਸ ਨੇ ਰੋਕਿਆ, ਭਾਈ ਤੁਸੀਂ ਗਲਤ ਕਰ ਰਹੇ ਹੋ, ਕਿਸਾਨਾਂ ਦਾ ਬੜਾ ਕਰ ਰਹੇ ਹੋ, ਉਹਨਾਂ ਦੀ ਲੜਾਈ ਹੋ ਗਈ, ਉਹਨਾਂ ਫਿਰ ਸੀ ਉਹ ਡਾਂਗਾਂ ਨੂੰ ਕੁੱਟ ਕੁੱਟ ਕੇ ਭਜਾਇਆ। ਅੱਛਾ ਜੀ, ਇਸ ਕਰਕੇ ਉਹ ਚਾਹੁੰਦੇ ਵੀ ਬਿਹਾਰ ਦੀ ਇਲੈਕਸ਼ਨ ਵੀ ਸਿਰ ਤੇ ਆ ਤੇ ਇੱਥੇ ਵੀ ਕੰਮ ਮੰਗਿਆ ਪਿਆ, ਉਧਰ ਵੀ ਮੰਗਦਾ, ਜੇ ਸਾਰੇ ਦੇਸ਼ ਵਿੱਚ ਮੰਗ ਗਿਆ ਤੇ ਮੁੜ ਕੇ ਮੁਸ਼ਕਿਲ ਹੋਣੀ। ਅੱਜ ਦੀ ਡੇਟ ਚ ਤੇਲੰਗਾਨਾ ਤੇ ਤਾਮਿਲਨਾਡੂ
ਉਹ ਫਿਰ ਕੱਟ ਜਰੂਰ ਨਾਲ ਲੱਗੇ ਨੇ, ਬਾਕੀ ਲਗਭਗ ਸਿਰਫ ਦੇਸ਼ ਸਾਈਲੈਂਟ ਹੀ ਹੈ, ਬਹੁਤਾ ਇਹਨਾਂ ਉਭਰਿਆ ਨੀ ਅਜੇ ਤੱਕ। ਹੁਣ ਉਹ ਸੋਚਦੇ ਵੀ ਇੱਕ ਇਹ ਮੁੱਦਾ ਹੋ ਗਿਆ, ਇੱਕ ਉਹ ਹਾਦਸਾ ਮੁੱਦਾ ਹੋ ਗਿਆ, ਇਹ ਸਟੂਡੈਂਟ ਦਾ ਮੁੱਦਾ ਹੋ ਗਿਆ, ਇਹ ਸਾਰੇ ਮੁੱਦੇ ਇਕੱਠੇ ਕਰਕੇ ਜੇ ਲੋਕ ਦਿੱਲੀ ਆ ਗਏ ਤੇ ਮੁੜਕੇ ਸਾਹਮਣੇ ਕਿੱਥੋਂ ਅਸੀਂ। ਉਹਨਾਂ ਨੂੰ ਇਹ ਵੀ ਫਿਕਰ ਆ ਕਿ ਜਿਹੜੇ ਆਰਮੀ ਚ ਮੁੰਡੇ ਨੇ ਉਹ ਰਾਜਪੂਤਾਂ ਦੇ ਆ, ਉਹ ਜੱਟਾਂ ਦੇ ਆ, ਉਹ ਜੱਟਾਂ ਦੇ ਆ ਜੀ ਬਿਲਕੁਲ। ਜੇ ਕੱਲ ਨੂੰ ਸਾਨੂੰ ਆਰਮੀ ਲੋੜ ਪਈ ਤੇ ਸਾਡੇ ਅੱਖ ਨਹੀਂ, ਸਾਡੇ ਪੱਲੇ ਕੀ ਰਹੂ, ਪੱਲੇ ਅੱਖ ਹੀ ਲੱਗਣਾ ਉਹਨਾਂ ਨੇ। ਇਹਦੇ ਵਿੱਚ ਦਿੱਲੀ ਪੁਲਿਸ ਦੀ ਮਾਂ ਵੱਖ ਖੜੇ ਕਰ ਦੇਣੇ ਵੀ ਸਾਡੇ ਵੱਲ, ਦਿੱਲੀ ਵੀ ਜੱਟਾਂ ਦੀ, ਉਹ ਵੀ ਜੱਟ ਹੈ ਸਾਰੇ। ਇਸ ਕਰਕੇ ਉਹ ਚਾਹੁੰਦੇ ਵੀ ਇਹ ਮਸਲੇ ਦਾ ਕਿਸੇ ਤਰੀਕੇ ਨਾਲ ਹੱਲ ਕੱਢਿਆ ਜਾਵੇ, ਲੇਕਿਨ ਉਹ ਲੱਤ ਉੱਤੇ ਰੱਖ ਕੇ ਚਾਹੁੰਦੇ ਆ। ਹੁਣ ਗੱਲ ਕੋਈ ਨੀ ਹੈਗੀ, ਲੇਕਿਨ ਉਹਨਾਂ ਨੇ ਪ੍ਰਕਿਰਿਆ ਸ਼ੁਰੂ ਕਰਤੀ ਆ। ਗਿਆਨੀ ਨੇ ਵੀ ਕਹਿਤਾ, ਸੁਰਜੀਤ ਕੁਮਾਰ ਗਿਆਨੀ ਨੇ ਵੀ ਗੱਲ ਕਹਿਤਾ ਵੀ ਅਸੀਂ ਵੀ ਆਪ ਨੀ ਬੁਲਾਵਾਂਗੇ ਨੀ, ਜਿਹੜਾ ਕਿਸਾਨ ਉਹ ਦੇਸ਼ ਦਾ ਅੰਨਦਾਤਾ ਵਾ, ਅਸੀਂ ਉਹਨਾਂ ਦੇ ਕੋਲ ਆਪ ਜਾ ਕੇ ਗੱਲਬਾਤ ਕਰਾਂਗੇ, ਉਹਨਾਂ ਨੂੰ ਸਮਝਾਵਾਂਗੇ, ਉਹਨਾਂ ਦੀ ਗੱਲ ਸੁਣਾਂਗੇ, ਜੇ ਕਿਤੇ ਕੋਈ ਤਬਦੀਲੀ ਦੀ ਲੋੜ ਨੀ ਕਰਾਵਾਂਗੇ। ਜੀ ਚਲੋ ਕਰਾ ਦਿਓ ਭਾਈ, ਲਿਖਾ ਦਿਓ, ਕਿਉਂ ਲੋਕਾਂ ਨੂੰ ਸਾੜਿਆ, ਇੱਧਰ ਝੋਨਾ ਵੀ ਆ ਗਿਆ। ਕਹਿੰਦੇ ਜੀ ਕਰਤਾਰਪੁਰ ਲਾਂਘਾ ਤਾਂ ਪਾਕਿਸਤਾਨ ਦੇ ਪਾਸੋਂ ਜੀ ਉਹਨਾਂ ਨੇ ਤਾਂ ਖੋਲਤਾ, ਤੇ ਆਪਣੇ ਵਾਲੇ ਨੇ ਹਜੇ ਕਹਿੰਦੇ ਕੁਛ ਕੀਤਾ ਹੀ ਨੀ, ਹਲੇ ਜੁਲੀ ਨੀ ਕੀਤੀ। ਉਹਨਾਂ ਪਹਿਲਾਂ ਨੇ ਖੋਲਿਆ ਸੀ ਜੀ, ਕੋਰੋਨਾ ਤੋਂ ਪਹਿਲਾਂ, ਫਿਰ ਕੋਰੋਨਾ ਹੋ ਗਿਆ, ਉਹਨਾਂ ਬੰਦ ਕਰਤਾ, ਲੇਕਿਨ ਉਹਨਾਂ ਖੋਲ ਦਿੱਤਾ। ਹੁਣ ਉੱਥੇ ਲੋਕ ਉੱਥੇ ਹੁੰਦੇ ਆ, ਤੁਹਾਨੂੰ ਪਤਾ ਬਾਬੇ ਨਾਨਕ ਦੇ ਜਿਹੜੇ ਕਈ ਮੁਸਲਮਾਨ ਵੀ ਉੱਥੇ ਜਿਹੜੇ ਬੜੇ ਸ਼ਰਧਾਲੂ ਹੈਗੇ ਜੀ, ਉਹ ਮੱਥਾ ਟੇਕਣ ਆਉਂਦੇ ਉੱਥੇ, ਸਿੱਖ ਵੀ ਆਉਂਦੇ ਆ, ਮੁਸਲਿਮ ਵੀ ਆਉਂਦੇ, ਹਿੰਦੂ ਵੀ ਸਾਰੇ ਆਉਂਦੇ ਮੱਥਾ ਟੇਕਣ। ਉਹਨਾਂ ਨੇ ਕਿਹਾ ਭਾਰਤ ਸਰਕਾਰ ਨੂੰ, ਭਾਈ ਅਸੀਂ ਖੋਲਤਾ, ਤੁਸੀਂ ਵੀ ਖੋਲ ਦੋ ਜੀ। ਲੇਕਿਨ ਸਾਡੇ ਵਾਲੇ ਪਾਸੋਂ ਜੇ ਢਿੱਲ, ਉਹ ਕਹਿੰਦੇ ਸੀ ਕੋਰੋਨਾ ਵੇਖਾਂਗੇ, ਕੋਰੋਨੇ ਦੇ ਵਿੱਚ ਜਿਹੜਾ ਵਾ ਉਹ ਫਿਰ ਵੇਖਾਂਗੇ ਕੋਰੋਨਾ ਕੀ ਕਰਦਾ ਕੀ ਨਹੀਂ ਕਰਦਾ, ਤੁਹਾਨੂੰ ਵੀ ਪਤਾ ਹੋਏਗਾ ਜਿਹੜੇ ਕੱਲ ਕੇਸ ਆਏ ਨੇ ਜੀ, ਉਹ ਜੋ ਕੇਸ ਸਾਡਾ 10 ਅਗਸਤ ਨੂੰ ਆਏ ਸੀ, ਕੱਲ ਉਨੇ ਆਏ, ਇੰਨੇ ਘੱਟ ਕੇਸ ਆਏ ਕੋਰੋਨੇ। ਇਸ ਕਰਕੇ ਕੋਰੋਨੇ ਦੀ ਬਿਮਾਰੀ ਵਾਕਿਆ ਘੱਟ ਰਹੀ ਆ, ਤੇ ਅਸੀਂ ਕਹਿੰਦੇ ਵੀ ਰੱਬ ਕਰੇ, ਗੁਰੂ ਪਾਤਸ਼ਾਹ ਕਰਨ, ਇਹ ਬਿਲਕੁਲ ਖਤਮ ਹੋ ਜਾਏ ਤੇ ਲੋਕ ਆਮ ਵਰਗੀ ਜ਼ਿੰਦਗੀ ਜਿਉਣ ਸ਼ੁਰੂ ਕਰਨ ਜੀ ਜੀ। ਇਸ ਕਰਕੇ ਹਾਰ ਨੀ ਕਰੀ, ਸਾਡੇ ਤੇ ਬਹਾਨਾ ਗਾ ਵੀ ਕੋਰੋਨਾ ਜੀ, ਅਸੀਂ ਇਜਾਜ਼ਤ ਨਹੀਂ ਦੇ ਸਕਦੇ। ਦੂਜੀ ਗੱਲ ਕਹਿੰਦੇ ਵੀ ਉਹਨੇ ਕਿਹਾ ਸੀ ਪਾਕਿਸਤਾਨ ਵਾਲੇ, ਅਸੀਂ ਰਾਜੀ ਤੇ ਪੁਲ ਬਣਾਵਾਂਗੇ ਜੀ, ਜੇ ਪੁਲ ਨੀ ਬਣਾਇਆ, ਆਦਮੀ ਪੁਲ ਬਣਾਇਆ, ਤੁਰ ਕੇ ਜਾਣਾ, ਜਾਣ ਤੋਂ ਤੁਹਾਨੂੰ ਕੀ ਹੁੰਦੇ। ਲੇਕਿਨ ਉਹ ਪੁਲ ਨੀ ਬਣਾਇਆ, ਪੁਲ ਇਸ ਕਰਕੇ ਨੀ ਬਣਿਆ ਵੀ ਜਿੰਨੀ ਉਹਨਾਂ ਨੂੰ ਆਸ ਸੀਗੀ ਉਹਨਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਗਿਆ, ਜਾਂ ਲੋਕੀ ਨਹੀਂ ਗਏ। ਜੇ ਕਿਤੇ ਅੱਜ ਤੁਸੀਂ ਪਾਸਪੋਰਟ ਦੀ ਸ਼ਰਤ ਖਤਮ ਕਰ ਦਿਓ ਤਾਂ ਉੱਥੇ ਤਾਂ ਲੈਣਾ ਲੱਗ ਜਾਣਗੇ। ਮੈਨੂੰ ਜਾਣ ਦੋ ਜੀ, ਮੈਨੂੰ ਜਾਣ ਦੇ, ਕੁਛ ਇੱਕ ਧਾਰਨਾ ਪਾਈ ਜਾਂਦੀ ਪਾਕਿਸਤਾਨ ਦੀ ਮੋਹਰ ਲੱਗ ਜਾਏ ਉੱਤੇ ਤੇ ਮੁੜ ਕੇ ਜਿਹੜਾ ਬੰਦਾ ਉਹ ਇੱਕ ਬੜੀ ਵੱਡੀ ਬਿਮਾਰੀ ਹੈ ਜੀ, ਬਸ ਕੀ ਕਰੋਗੇ, ਸਾਰਿਆਂ ਨੂੰ ਡਰਾਈ ਜਾਂਦੇ ਆ ਉਹ, ਪਤਾ ਨੀ ਕੀ ਹੋ ਜਾਣਾ ਮੇਰਾ, ਮੈਂ ਤੁਹਾਡੇ ਤੇ ਮੇਰੇ ਤਾਂ ਮੈਨੂੰ ਲੱਗਦਾ ਪਾਕਿਸਤਾਨ ਦੀਆਂ ਮੋਹਰਾਂ ਹੀ ਵਾਧੂ ਲੱਗੀਆਂ ਪਈਆਂ। ਬਿਲਕੁਲ ਬਿਲਕੁਲ ਬਿਲਕੁਲ, ਹੁਣ ਕਹੀ ਚੱਲੋ ਬਿਨਾਂ ਗੱਲ ਤੋਂ ਵੀ ਭਾਈ ਜਾ ਨੀ ਹੁੰਦਾ, ਜਾ ਨੀ ਹੁੰਦਾ ਅਮਰੀਕਾ ਦੇ, ਮੈਂ ਵਾਧੂ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਗੈਸ ਤੇ ਤੇਲ ਉਹਨੇ ਕੱਢਿਆ, ਪਾਕਿਸਤਾਨ ਨੂੰ ਉਹਦਾ ਬੜਾ ਬੈਨੀਫਿਟ ਹੋਏਗਾ। ਇਸ ਕਰਕੇ ਕੁਦਰਤ ਨੇ ਮੇਹਰ ਕਰਤੀ ਉਹਨਾਂ ਦੀ, ਉਹਨਾਂ ਦੀ ਗਰੀਬੀ ਹੁਣ ਦੂਰ ਹੋ ਜਾਏਗੀ ਜਲਦੀ ਜੀ। ਚਲੋ ਚੰਗੀ ਗੱਲ ਹੈ ਜੀ, ਹੋ ਜੇ ਤੇ ਹੁਣ ਆਪਾਂ ਗੱਲ ਕਰੀਏ ਜੀ। ਹੁਣ ਪਠਾਨਕੋਟ ਦੇ ਵਿੱਚ ਦੇਖੋ, ਮੈਂ ਅੱਜ ਬੜਾ ਹੱਸ ਰਿਹਾ ਸੀ, ਮੈਂ ਟਰੈਕਟਰ ਦੇਖੇ ਪਟੇਲ ਸਾਹਿਬ, ਕਾਂਗਰਸ ਦਾ ਜੀ ਖੱਟਾ ਫੋਰ ਆਪਣੇ ਹਿੰਦੁਸਤਾਨ, ਆਮ ਆਦਮੀ ਪਾਰਟੀਆਂ ਦਾ ਹਰਾ ਜੌਂਡੀਅਰ, ਤੇ ਬਾਦਲਾਂ ਦਾ ਨੀਲਾ ਫੋਰਡ, ਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਲਾਲ ਇੰਟਰ, ਚੋਰ ਨਿਸ਼ਾਨ ਟਰੈਕਟਰ। ਸਾਨੂੰ ਇਸ ਗੱਲ ਦਾ ਪਤਾ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦਾ ਚੋਣ ਟਰੈਕਟਰ ਹੁੰਦਾ ਵਾ। ਫਿਰ ਉਹਦੇ ਨੀਲੇ ਉੱਤੇ ਰੰਗਦਾਰ ਹੁਣ ਬਣਾਉਣੇ ਪੈਣਗੇ, ਦੱਸੋ ਸਾਰਾ ਦੱਸੋ, ਬੀਜੇਪੀ ਵੀ ਕੱਢੀ ਜਾਂਦੀ, ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕਰਤੀ, ਕਾਂਗਰਸ ਹੁਣ ਆ ਗਈ, ਹੁਣ ਕੋਈ ਵੇਖ ਲੋ ਕੌਣ ਰਹਿੰਦਾ ਕੋਈ। ਦੇਖੋ ਇੱਥੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਕੀਤਾ ਸੀ ਵੀ ਚੀਨ ਨੇ ਕਿਹਾ ਮੈਂ ਆਪਣੇ ਫਾਰਮ ਹਾਊਸ ਦੜੀ ਕਿਸਾਨਾਂ ਨਾਲ ਮੀਟਿੰਗ ਕਰਾਉਂਦਾ ਜੀ, ਉਹ ਕੁਝ ਫੋਟੋਆਂ ਭੇਜਣੀ ਸੀ ਉੱਪਰ, ਬਸ ਇਹ ਕਿਸਾਨਾਂ ਨੂੰ ਆਪਣੇ ਹੱਕ ਭੁਗਤਾ ਰਹੇ, ਤੇ ਜਿਹੜੇ ਦੂਜੇ ਕਿਸਾਨ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ, ਉਹਨੇ ਪਹਿਲਾਂ ਵਿਰੋਧ ਕਰਤਾ। ਅੱਛਾ ਜੀ, ਮਤਲਬ ਪੁਲਿਸ ਨੇ ਉਹਨੂੰ ਕਹਿਤਾ ਗੱਡੀ ਛੱਡ ਦਿਓ, ਆ ਵੱਟ ਆ, ਵੱਟ ਦੇ ਉੱਤੇ ਚਲੇ, ਲੰਘ ਕੇ ਤੁਸੀਂ ਆਪਣੇ ਚਲ ਜਾਓ ਉੱਥੇ ਪੱਠੇ ਤੇ, ਉਹਨਾਂ ਨੂੰ ਵੱਟੇ ਵੱਟੇ ਭੱਜਣਾ ਪਿਆ ਜੀ। ਉਹਨਾਂ ਅੱਗੋਂ ਗੇਟ ਬੰਦ ਕਰ ਲਿਆ, ਗੇਟ ਬੰਦ ਕਰਕੇ ਫਾਰਮ ਹਾਊਸ ਤੇ ਮੀਟਿੰਗ ਕੀਤੀ, ਉਹਦੇ ਵਿੱਚ ਪਤਾ ਨੀ ਉਹ ਉਹਨਾਂ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਸੀ ਜਾਂ ਪੱਠੇ ਕੰਮ ਕਰਨੇ ਹੋਰ ਸੀ, ਮੀਟਿੰਗ ਕੀਤੀ ਜਿਸ ਮੀਟਿੰਗ ਕਰਨੀ, ਜਿਹੜੇ ਅਸਲੀ ਕਿਸਾਨ ਸੀ ਬਾਹਰ ਸੀ,
ਅੰਦਰ ਕਿਹੜੇ ਨਕਲੀ ਸਭ ਨੀ ਪਤਾ ਤੇ ਬਣੇ ਸੀ। ਹੁਣ ਅਸ਼ਵਨੀ ਕੁਮਾਰ ਇੱਕ ਸਿਆਣਾ ਬਣਾ ਬੰਦਾ, ਉੱਥੋਂ ਹਾਈਕਮਾਂਡ ਕਹਿੰਦੀ ਆ ਵੀ ਤੁਸੀਂ ਪੰਜਾਬ ਦੇ ਵਿੱਚ ਇਹੋ ਜਿਹੇ ਮਾਰਚ ਕਰੋ ਤਾਂ ਕਿ ਲੋਕ ਤੁਹਾਡੇ ਨਾਲ ਜੁੜ ਸਕਣ, ਲੋਕ ਕਨਵਿੰਸ ਹੋ ਸਕਣ ਵੀ ਇਹ ਆਰਡੀਨੈਂਸ ਠੀਕ ਹੈਗੇ, ਬਿੱਲ ਠੀਕ ਨੇ। ਜਦੋਂ ਉਹਨਾਂ ਉੱਥੇ ਮਾਰਚ ਕੱਢਿਆ ਤੇ ਵਿਰੋਧ ਕਰਤਾ ਕਿਸਾਨਾਂ ਨੇ ਆ ਕੇ ਕਾਲੀ ਝੰਡੀ ਵਿਖਾਈਆਂ, ਮੈਂ ਕਿਹਾ ਤੁਹਾਡੇ ਖਲੋ ਕੇ ਅੱਗੇ ਆ ਕੇ। ਹੁਣ ਜੇ ਪੁਲਿਸ ਕੰਧ ਨਾ ਬਣੇ ਤੇ ਫਿਰ ਡਾਂਗ ਸੁੱਟਾ ਖੜਕਣਾ ਹੀ ਖੜਕਣਾ ਨਾ। ਬਿਲਕੁਲ ਜੀ ਬਿਲਕੁਲ। ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜੇ ਭਾਜਪਾ ਕਵੇ ਜੀ ਉਹ ਜੇ ਮਾਰਚ ਤੁਸੀਂ ਕਰ ਲਾਂਗੇ, ਲੋਕਾਂ ਨੇ ਨਹੀਂ ਕੱਢਣ ਦੇ, ਲੋਕਾਂ ਨੇ ਰੋਕਣਾ ਵਾ। ਉਹਦਾ ਹੱਲ ਇੱਕੋ ਹੀ ਆ ਵੀ ਕਿਸਾਨਾਂ ਨੂੰ ਕੋਨਫੀਡੈਂਸ ਲਓ, ਉਹਨਾਂ ਦੀ ਮੀਟਿੰਗ ਸੈਂਟਰ ਨਾ ਕਰਾਓ, ਸੈਂਟਰ ਉੱਥੇ ਲੈ ਕੇ ਜਾਓ, ਚੰਡੀਗੜ੍ਹ ਲੈ ਕੇ ਆਉਣ ਸੈਂਟਰ ਵਾਲੇ, ਉਹ ਵੀ ਤੁਹਾਡੀ ਰਾਜਤੰਤਰ ਦੀ ਗੱਲ ਕਰਾਉਂਦੇ। ਜਿਹੜੀ ਗਲਤੀ ਸਰਦਾਰਾ ਸਿੰਘ ਜੋਹਲ ਕਿੰਨੇ ਨੇ ਪਹਿਲਾਂ ਹੀ ਕੀਤੀ ਉਹ ਗਲਤੀ ਸੁਧਾਰੀ ਜਾ ਸਕਦੀ ਆ, ਜੇ ਕੋਈ ਅਮੈਂਡਮੈਂਟ ਦੀ ਲੋੜ ਆ ਉਹ ਕੀਤੀ ਜਾ ਸਕਦੀ ਆ। ਇਸ ਕਰਕੇ ਕੱਲ ਜੇ ਅਸ਼ਵਨੀ ਕੁਮਾਰ ਉਹਨਾਂ ਸੈਂਟਰ ਦੇ ਦੇਸ਼ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਤੇ ਜਿਹੜਾ ਵਿਰੋਧ ਹੋਇਆ ਉਹ ਕਿਹੜੇ ਖਤਰੇ ਚ ਪਾਓਗੇ, ਜਾਂ ਤੇ ਕਦੇ ਕੋਈ ਵਿਰੋਧ ਨੀ ਮਾਰਚ ਕਰਤਾ ਜੀ, ਅਸੀਂ ਇਹਦੇ ਹੱਕ ਚ ਨਾਰੇ ਲਾਤੇ ਜੋ ਮਰਜ਼ੀ ਕਰਤਾ, ਲੇਕਿਨ ਜਿਹੜਾ ਵਿਰੋਧ ਆ ਉਹ ਜ਼ਿਆਦਾ ਹਾਈ ਲਟਾਉਣਾ ਵਾ, ਜਿਹੜੀ ਤੁਸੀਂ ਚਾਲੀ ਰੈਲੀ ਉਹ ਘੱਟ ਹੋਣੀ। ਇਸ ਕਰਕੇ ਉਹਨਾਂ ਨੂੰ ਇਹ ਕੰਮ ਨੀ ਕਰਨਾ ਚਾਹੀਦਾ, ਕਿਉਂਕਿ ਉਹ ਹਾਕਮ ਧਿਰ ਆ, ਹਾਕਮ ਧਿਰ ਕੰਮ ਕਰਦਾ ਹੁੰਦਾ ਤੇ ਵਿਰੋਧੀ ਧਿਰ ਉਹਦੀਆਂ ਗਲਤੀਆਂ ਕਢਾਉਂਦਾ ਹੁੰਦਾ, ਉਹਨੂੰ ਕੰਮ ਕਰਨਾ ਚਾਹੀਦਾ। ਇਸ ਵੇਲੇ ਕਿਸਾਨਾਂ ਨਾਲ ਮਿਲ ਕੇ ਮਸਲੇ ਦਾ ਹੱਲ ਕੀਤਾ ਜਾਵੇ, ਚੰਗੀ ਗੱਲ ਆ। ਜੇ ਨਹੀਂ ਕਰਨਗੇ, ਜੇ ਇਹ ਵਾਕਈ ਪੂਰੇ ਦੇਸ਼ ਚ ਫੈਲ ਗਿਆ ਤੇ ਫਿਰ ਬੀਜੇਪੀ ਦੀ ਸੰਭਾਲਣਾ ਬੜਾ ਮੁਸ਼ਕਲ ਹੋ ਜਾਵੇ। ਦੇਖੋ ਸਭ ਤੋਂ ਵੱਡੀ ਗੱਲ ਨਾ ਪੱਟੀ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਹੁਣ ਲੋਕ ਜਿਹੜੇ ਡਾਂਗ ਸੁੱਟੇ ਤੇ ਉਤਰੇ ਆਏ ਨਾ, ਇਹ ਦੇਖੋ ਇਹ ਮੁਸ਼ਕਲ ਬੜੀ ਵੱਡੀ ਹੈ। ਕਿਸੇ ਪਾਰਟੀ ਪ੍ਰਤੀ ਨਫ਼ਰਤ ਪੈਦਾ ਹੋ ਜਾਣੀ, ਜਦੋਂ ਤੁਹਾਨੂੰ ਤੁਸੀਂ ਕਿਸੇ ਪਾਰਟੀ ਨੂੰ ਆਪਦਾ ਕਾਤਲ ਸਮਝਣ ਲੱਗ ਪਓ, ਉਹ ਬੜਾ ਔਖਾ ਹੋ ਜਾਂਦਾ। ਇੱਥੇ ਸਭ ਤੋਂ ਵੱਡੀ ਔਖਿਆਈ ਕੀ ਹੋ ਜਾਣੀ ਹੈ, ਦੇਖੋ ਵਰਕਰ ਨੂੰ, ਕਿਉਂਕਿ ਵਰਕਰ ਬੰਦਾ ਵੋਟਾਂ ਕਢਾਉਂਦਾ, ਲੀਡਰ ਦਾ ਤਾਂ ਪੁਲਿਸ ਵੀ ਸੰਭਾਲ ਲੈਂਦੀ ਹੈ, ਕੁੱਟੇ ਤਾਂ ਹਮੇਸ਼ਾ ਹੀ ਵਰਕਰ ਜਾਂਦੇ। ਚੰਡੀਗੜ੍ਹ ਕੀ ਹੋਇਆ, ਬੱਸ ਚ ਬਹਿ ਕੇ ਚਲੇ ਗਏ, ਗੋਡੇ ਛਿੱਲੇ ਗਏ, ਕੀ ਕਹਿੰਦੇ ਵਰਕਰਾਂ ਦੇ। ਟਰੈਕਟਰ ਹੁਣ ਕਾਂਗਰਸ ਦੇ ਉਹ ਆ ਗਿਆ ਆਪਣੇ ਵੱਡੀਆਂ ਵਧੀਆ ਗੱਦੇ ਵਾਲੀ ਸੀਟ ਤੇ ਬਹਿ ਕੇ ਮੁੜ ਜੂਗਾ, ਟਰੈਕਟਰਾਂ ਦੇ ਤੇਲ ਗੱਡੀਆਂ ਕਿਹਦੀਆਂ ਫੁੱਟੀਆਂ ਵਰਕਰਾਂ ਦੀਆਂ, ਗੋਲੀਆਂ ਕਿਹਦੀਆਂ ਚੱਲਦੀਆਂ ਵਰਕਰਾਂ ਦੀਆਂ, ਪਰਚੇ ਕਿਤੇ ਹੁੰਦੇ ਆ ਵਰਕਰਾਂ ਦੇ। ਹਾਂਜੀ, ਜੇ ਇਹ ਸਥਿਤੀ ਆ ਗਈ ਤੇ ਤੁਸੀਂ ਬੰਗਾਲ ਦੀ ਗੱਲ ਕੀਤੀ, ਬੰਗਾਲ ਦੇ ਵਿੱਚ ਮਰਿਆ ਕੌਣ, ਵਰਕਰ 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 ਬਿਲਕੁਲ। ਹਾਂਜੀ, ਫੇਰ ਦੇਖੋ ਅਕਾਲੀਆਂ ਦੀ ਜਿਹੜੀ ਹਾਲਤ ਮਾੜੀ ਤੇ ਹੋਈ ਸੀ, ਇੱਕ ਤੇ ਉਹ ਆਪਣਾ ਪਿਛਲਾ ਸਾਰਾ ਪ੍ਰੋਗਰਾਮ ਛੱਡ ਗਏ ਸੀ, ਦੂਸਰਾ ਅਕਾਲੀਆਂ ਨੂੰ ਇੰਨੀ ਤਿੰਨ ਨੰਨੇ ਹੁੰਦੇ ਜੀ, ਇੱਕ ਨਿਰਾਸ਼ਾ ਹੁੰਦੀ, ਇੱਕ ਨਾਰਾਜ਼ਗੀ ਹੁੰਦੀ, ਇੱਕ ਨਫ਼ਰਤ ਹੁੰਦੀ। ਬਿਲਕੁਲ ਜੀ, ਹਾਂ, ਨਿਰਾਸ਼ਾ ਹੁੰਦੀ ਵੀ ਯਾਰ ਇਹ ਕੰਮ ਨੀ ਕਰਦੇ ਕੋਈ ਵੀ, ਨਾਰਾਜ਼ਗੀ ਹੁੰਦੀ ਯਾਰ ਤੈਨੂੰ ਮੈਂ ਕਿੰਨੀ ਵਾਰੀ ਕੰਮ ਕਰ ਤੂੰ ਕੀਤਾ ਨੀ ਮੇਰਾ, ਜਾ ਨਫ਼ਰਤ ਹੁੰਦੀ ਤਾਂ ਮੇਰੇ ਮੱਥੇ ਨਾ ਲੱਗੀ, ਮੈਂ ਤੂੰ ਦੌੜ ਜਾ ਇਸ ਤੋਂ। ਬੀਜੇਪੀ ਨੇ ਜੇ ਆਪਣੀ ਸਥਿਤੀ ਹਰਿਆਣੇ ਤੇ ਪੰਜਾਬ ਤੇ ਪੈਦਾ ਕਰ ਲਈ ਤੇ ਉਹਨੂੰ ਬੜਾ ਨੁਕਸਾਨ ਖਾਣਾ ਪਊਗਾ। ਖੱਟਰ ਕੋਈ ਇੰਨਾ ਜਿਹੜਾ ਭਜਨ ਲਾਲ ਨੀ ਹੈਗਾ ਵੀ ਉਹ ਸੰਭਾਲ ਸਕੇ, ਜੀ ਖੱਟਰ ਦੇ ਵਸ ਦਾ ਰੋਗ ਨੀ ਹੈਗਾ, ਲੇਕਿਨ ਜਿਹੜੀਆਂ ਗੱਲ ਸਿੱਧੂ ਨੇ ਗੱਲਾਂ ਕੀਤੀਆਂ ਵੱਖ ਵੱਖ ਗੱਲਾਂ ਕਰਦੇ ਆ, ਇਸ ਕਰਕੇ ਜਿਹੜੀ ਨਫ਼ਰਤ ਜਿਹੜੇ ਬੀਜੇਪੀ ਉਹ ਖੁਦ ਪੈਦਾ ਕਰ ਰਹੀ, ਉਹਨੂੰ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ। ਅੱਜ ਜਿਹੜਾ ਪੰਜਾਬ ਦਾ ਸਾਡਾ ਵਪਾਰੀ ਵਰਗ ਆ, ਜਿਹੜਾ ਅਸੀਂ ਕਹਿੰਦੇ ਸੀ ਬੀਜੇਪੀ ਦੀ ਵੋਟ ਆ, ਉਹ ਵੀ ਨਾਰਾਜ਼ ਆ ਵੀ ਤੁਸੀਂ ਕੀਤਾ ਕੀ ਆ, ਨੋਟਬੰਦੀ ਕਰਤੀ ਆ, ਮੁੜ ਕੇ ਤੁਹਾਡੀ GST ਲਾ ਤਾ, ਕਈ ਤੁਸੀਂ ਇਹੋ ਜਿਹੇ ਕੰਮ ਕਰਤੇ ਜਿੰਨਾ ਅਸੀਂ ਦੁਖੀ ਹੋਏ ਪਏ। ਪਹਿਲੀ ਤੇ GST ਲਾਇਆ ਤੇ 2-3 ਮਹੀਨੇ ਸਮਝ ਨਹੀਂ ਆਈ ਵੀ ਕਰਨਾ ਕੀ ਆ, ਮੁੱਖੀ ਨਾਲ ਸਮਝ ਬਾਕੀ ਅਸੀਂ ਕਿਉਂ ਨਹੀਂ ਆ। ਇਸ ਕਰਕੇ ਜਿਹੜੀ ਨਫ਼ਰਤ ਹੋਊਗੀ ਨਾ ਕਿਸੇ ਪਾਰਟੀ ਨਾਲ, ਮੁੜ ਕੇ ਉਹਨੂੰ ਲੀਹ ਤੇ ਚੜ੍ਹਨਾ ਬੜਾ ਮੁਸ਼ਕਲ ਆ। ਹਾਂ, ਲੀਹ ਕੇ ਵੇਖੋ ਅਕਾਲੀਆਂ ਬਾਰੇ ਜਿਹੜੇ ਸਾਡੇ ਪੁਰੀ ਸਾਹਿਬ ਨੇ, ਜਗਜੀਤ ਸਿੰਘ ਪੁਰੀ ਜਿਹੜੇ ਹੈਗੇ ਸਾਡੇ ਮੰਤਰੀ ਨੇ, ਉਹਨਾਂ ਨੇ ਕਹਿਤਾ ਉੱਥੇ, ਉਹਨਾਂ ਨੇ ਕਿਹਾ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਕਿਸੇ ਮੀਟਿੰਗ ਦੇ ਵਿੱਚ, ਜਦੋਂ ਸਾਡੀ ਹੁੰਦੀ ਸੀ ਕੈਬਨਿਟ ਦੀ ਮੀਟਿੰਗ, ਤੁਸੀਂ ਕਦੀ ਵਿਰੋਧ ਨੀ ਕੀਤਾ। ਹੁਣ ਅਸੀਂ ਨੀ ਕਹਿ ਰਹੇ, ਕਾਂਗਰਸ ਨੀ ਕਹਿ ਰਹੀ, ਕਿਸਾਨ ਨੀ ਕਹਿ ਰਹੇ, ਹੁਣ ਉਹ ਬੰਦਾ ਖੜੇ ਵਿੱਚ ਬੈਠਾ ਸੀਗਾ, ਕਦੀ ਵਿਰੋਧ ਨੀ ਕੀਤਾ। ਜਦੋਂ ਅਕਾਲੀਆਂ ਨੂੰ ਪਤਾ ਲੱਗਾ ਭਾਈ ਸਾਡੀ ਜਿਹੜੀ ਰਿੰਦੀ ਖੁੱਲੀ ਸਾਖ ਉਹ ਵੀ ਸਾਫ਼ ਹੋ ਜਾਣੀ ਆ, ਫਿਰ ਉਹ ਭੱਜਿਆ। ਹੁਣ ਕੀ ਕੀਤਾ ਇਹਨਾਂ ਅਕਾਲੀਆਂ ਨੇ, ਹੁਣ ਕੀਤਾ ਵੀ ਇਹਨਾਂ ਕੱਲ ਆਪਣੀ ਕੋਰ ਕਮੇਟੀ ਦੀ ਮੀਟਿੰਗ ਕੀਤੀ, ਜਿਹੜੀ 1983 ਦੇ ਵਿੱਚ ਮਨਾਇਆ ਸੀ ਤੁਹਾਡਾ ਅਨੰਦਪੁਰ ਦਾ ਮਤਾ, ਉਹ ਮਤਾ ਸੀ ਸਿਰਫ ਰਿਲੀਜ਼ ਅਨੰਦਪੁਰ ਤੋਂ ਕੀਤਾ ਸੀ, ਅਨੰਦਪੁਰ ਦਾ ਮਤਾ ਬਣ ਗਿਆ। ਕੀ ਸੀ? ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ, ਫੈਡਰਲ ਸਿਸਟਮ ਦੀ ਗੱਲ ਕੀਤੀ ਸੀ, ਰਿਸੋਰਸ ਜਿਹੜੇ ਸਾਡੇ ਸਟੇਟ ਨੂੰ ਦੇਣ ਦੀ ਗੱਲ ਕੀਤਾ, ਉਹ ਚੀਜ਼ ਕੁਝ ਨੀ ਕੀਤਾ। ਇਹਨਾਂ ਵੱਧ ਅਧਿਕਾਰਾਂ ਦੀ ਗੱਲ ਕਰਕੇ ਕਹਿ ਦਿੱਤਾ ਵੀ ਵੇਖੋ ਜੀ ਵੱਧ ਅਧਿਕਾਰਾਂ ਦੇ ਕਰਕੇ ਕਹਿੰਦੇ ਜੀ ਖਾਲਸਾ ਨੂੰ ਮੰਗਦੇ, ਫਿਰ ਉਹਨਾਂ ਅਮੈਂਡਮੈਂਟ ਕੀਤੀ ਤੇ 77 ਚ ਅਮੈਂਡਮੈਂਟ ਕੀਤੀ।
ਔਰ ਤੁਹਾਨੂੰ ਪਤਾ ਹੋਵੇਗੀ ਜਹੇਦਾਰ ਗੁਰਚਰਨ ਸਿੰਘ ਚੌੜਾ ਨੇ ਜਿਹੜਾ ਐਲਾਨਨਾਮਾ ਲਿਖਵਾਇਆ ਸੀ ਕਰਮਜੀਤ ਸਿੰਘ ਹੋਰਾਂ ਕੋਲੋਂ, ਉਹ ਐਲਾਨਨਾਮਾ ਪੜ੍ਹ ਲਓ ਜੀ, ਉਹ ਬਿਲਕੁਲ ਹੀ ਪਰਛਾਈ ਆ ਆਨੰਦਪੁਰ ਦੇ ਮਤੇ ਦੀ, ਉਹ ਬਹੁਤਾ ਰੱਦੋ ਬਦਲ ਨਹੀਂ ਜੀ। ਇਸ ਕਰਕੇ ਇਹ ਤਿੰਨੇ ਮਤੇ ਤੁਸੀਂ ਇਕੱਠੇ ਕਰ ਲਓ, ਤਿੰਨਿਆਂ ਦੀ ਜਿਹੜੀ ਆ ਪਾ ਇੱਕੋ ਜਿਹੀ ਮਾਰਦੇ ਨੇ ਸਾਰੇ ਜੀ ਜੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਕਿਤੇ ਪੰਜਾਬ ਨੇ ਸਰਵਾਈਵ ਕਰਨਾ, ਸਭ ਤੋਂ ਵੱਡੀ ਗੱਲ ਤੇ ਮਜ਼ਾਕ ਵਾਲੀ ਗੱਲ ਤੇ ਹੈ ਜੀ, ਹਾਂਜੀ, ਜਿਹੜੇ ਅਕਾਲੀਆਂ ਨੂੰ ਕਾਂਗਰਸ ਜਿਹੜੀ ਸੀ ਗਦਾਰ ਦੱਸਦੀ ਰਹੀ ਜੀ, ਵੀ ਇਹ ਫੈਡਰਲ ਸਿਸਟਮ ਦੀ ਮੰਗ ਕਰਕੇ ਤੇ ਦੇਸ਼ ਨੂੰ ਤੋੜ ਵਿਛੋੜਾ ਕਰਨਾ ਚਾਹੁੰਦੇ ਆ, ਇਹ ਖਾਲਿਸਤਾਨ ਚਾਹੁੰਦੇ ਆ। ਅੱਜ ਉਹ ਕਾਂਗਰਸ ਨੇ ਪਹਿਲਾਂ ਫੈਡਰਲ ਸਿਸਟਮ ਦੀ ਗੱਲ ਕੀਤੀ, ਅਕਾਲੀਆਂ ਨੇ ਵੱਧ ਕੀਤੀ, ਗੱਲ ਕਈ ਵਾਰ ਨੀ ਵੇਖੋ ਤੁਸੀਂ ਕਿਵੇਂ ਸਵਾਲ। ਹੁਣ ਕੈਪਟਨ ਨੇ ਕੀ ਕਿਹਾ, ਕੈਪਟਨ ਨੇ ਕਿਹਾ ਰਾਹੁਲ ਜੀ ਇੱਥੇ ਅਸੀਂ ਅਕਾਲੀਆਂ ਨੂੰ ਨੇਠਲ ਨੇਠ ਲਾਂਗੇ, ਆਪੇ ਤੁਸੀਂ ਦਿੱਲੀ ਸੰਭਾਲੋ ਜੀ। ਕਹਿਣ ਤੋਂ ਭਾਵ ਵੀ ਸੀ ਵੀ ਤੁਸੀਂ ਪਹਿਲੇ ਪੰਜਾਬ ਤੇ ਹਰਿਆਣੇ ਤੇ ਨਾ ਰਹੋ, ਤੁਸੀਂ ਬਾਕੀ ਸਟੇਟਾਂ ਜਾ ਕੇ ਲੋਕਾਂ ਨੂੰ ਲਾਮਬੰਦ ਕਰੋ ਇਹਦੇ ਉੱਤੇ, ਲਾਮਬੰਦ ਕਰੋ। ਜੇ ਆਪਾਂ ਕੁਛ ਖੱਟਣਾ ਤੇ ਕੱਲੇ ਪੰਜਾਬ ਹਰਿਆਣਾ, ਗੱਲ ਤਾਂ ਉਹੀ ਹੈ ਨਾ ਮੇਰੇ ਨਾਲ ਗੱਲਬਾਤ ਦੇ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਅਗਲ ਹੈ ਸਾਡੀ ਜੀ, ਆਪਣੇ ਸ਼ਰਦ ਯਾਦਵ ਪਵਾਰ ਨਾਲ ਵੀ ਗੱਲ ਹੋ ਰਹੀ ਹੈ ਸਾਡੀ, ਆਪਣੇ ਉਹਦੇ ਨਾਲ ਉੜੀਸਾ ਵਾਲਿਆਂ ਨਾਲ ਵੀ ਗੱਲ ਹੋ ਰਹੀ, ਪਰ ਇਕੱਠੇ ਕਦੋਂ ਕੀ ਕਹਿੰਦੇ। ਦੇਖੋ ਜੇ ਵੱਡੇ ਬਾਦਲ ਚੱਲ ਜਾਣ, ਵੱਡੇ ਬਾਦਲ ਸਾਹਿਬ ਆਪ ਚੱਲ ਜਾਣ ਜੀ, ਨਾ ਉਹਨਾਂ ਨੂੰ ਸ਼ਰਦ ਪਵਾਰ ਨੇ ਨਾ ਕਰਨੀ, ਨਾ ਉਹਨੇ ਨਵੀਨ ਪਟਨਾਇਕ ਨਾ ਕਰਨੀ, ਉਹਨਾਂ ਦਾ ਸਤਿਕਾਰ ਇੰਨਾ ਚ ਹੈਗਾ ਵਾ ਜੀ। ਜੇ ਸੁਖਬੀਰ ਚੱਲ ਜਾਏ ਤੇ ਫਿਰ ਹਾਨੀ ਹੋਣੀ ਵੀ ਤੁਹਾਨੂੰ ਦੱਸ ਦਿਆ ਮੈਂ, ਪਰ ਆਇਆ ਨਾ ਜੀ ਰੌਲਾ ਤਾਂ ਇਹੀ ਹੋ ਗਿਆ ਨਾ, ਸੁਖਬੀਰ ਬਣਾ ਹੀ ਨਹੀਂ ਸਕਿਆ, ਦੋਵੇਂ ਦੇਖੋ ਦੋਵੇਂ ਜੀ ਕੇਂਦਰ ਦੇ ਵਿੱਚ ਰਹਿੰਦੇ ਹੋਏ ਆਪਦੇ ਪੰਜਾਬ ਤੋਂ ਬਾਅਦ ਕੋਈ ਰਿਲੇਸ਼ਨ ਨਹੀਂ ਬਣਾ ਸਕੇ, ਨਹੀਂ ਬਣਾ ਸਕੇ, ਨਹੀਂ ਬਣੇ ਸਕੇ ਜੀ। ਪਹਿਲੀ ਗੱਲ ਤੇ ਜੇ ਕਿਤੇ ਦਾਨੇ ਵਾਲੀ ਆ ਸਾਹਿਬ, ਆ ਕੰਮ ਇਹ ਅੱਜ ਤੋਂ ਕੁਛ ਸਾਲ ਪਹਿਲਾਂ ਕਰ ਲੈਂਦੇ ਨਾ ਜੀ, ਜਦੋਂ ਸੁਖਬੀਰ ਬਾਦਲ ਨੇ ਕਿਹਾ ਸੀ ਵੀ ਅਸੀਂ ਵੇਖੋ ਰਾਜਸਥਾਨ ਚ ਦੋ ਸੀਟਾਂ ਜਿੱਤ ਜਾਂਗੇ, ਦੋ ਦਿੱਲੀ ਜਿੱਤ ਜਾਂਗੇ, ਚਾਰ ਅਸੀਂ ਯੂਪੀ ਜਿੱਤ ਜਾਂਗੇ, ਏਦਾਂ ਜੇ ਜਿੱਤ ਕੇ ਤੇ ਸਾਡੀ ਪਾਰਟੀ ਨੂੰ ਨੈਸ਼ਨਲ ਦਾ ਦਰਜਾ ਮਿਲ ਜੂਗਾ ਜੀ। ਜੇ ਉਹ ਕੋਸ਼ਿਸ਼ ਹੁੰਦੇ ਜੀ, ਉਹ ਤਾਂ ਨਾ ਕਰਦੇ ਬੀਜੇਪੀ ਨੇ ਛੱਡ ਦਿੰਦੇ, ਉਹ ਤਾਂ ਬੀਜੇਪੀ ਦੇ ਪੱਲੇ ਵੀ ਕੀ ਗਿਆ ਸੀਗਾ ਜੀ। ਲੇਕਿਨ ਇਹਨਾਂ ਉਦੋਂ ਡਰਦੇ ਮਾਰੇ, ਉਹਨਾਂ ਸੀਟ ਵੀ ਕੋਈ ਨੀ ਦਿੱਤੀ, ਦਬਕੇ ਤੋਂ ਆਪਣੀ ਹਮਾਇਤ ਵੀ ਕਰਾਈ, ਸਭ ਕੁਛ ਕਰਾਇਆ, ਜੇ ਹੁਣ ਵੀ ਛੱਡਿਆ ਤੇ ਉਦੋਂ ਛੱਡ ਦਿੰਦੇ ਨਾ, ਤੇ ਅੱਜ ਨੂੰ ਤਾਂ ਰੂਪ ਰੇਖਾ ਜਿਹੜੀ ਅਕਾਲੀ ਜਿਹੜੀ ਕੁਝ ਹੋਰ ਹੁੰਦੀ ਜੀ, ਅੱਜ ਉਹਨਾਂ ਕੀਤਾ ਹੀ ਨੀ। ਇਹ ਬਹੁਤ ਜ਼ਰੂਰੀ ਆ ਬਾਕੀ ਸਟੇਟਾਂ ਦੇ ਵਿੱਚ ਇਹ ਮੂਵਮੈਂਟ ਲੈ ਕੇ ਜਾਣ ਦੀ, ਜਿੰਨਾ ਚਿਰ ਵੱਡੇ ਵੱਡੇ ਸਟੇਟ ਮੱਧ ਪ੍ਰਦੇਸ਼ ਹੋਇਆ, ਰਾਜਸਥਾਨ ਹੋਇਆ, ਮਹਾਰਾਸ਼ਟਰ ਹੋਇਆ, ਇੱਥੇ ਮੂਵਮੈਂਟ ਨਹੀਂ ਜਾਂਦੀ, ਉਹਨਾਂ ਚਿਰ ਤੇ ਪੰਜਾਬ ਤੇ ਹਰਿਆਣੇ ਦੇ ਵੱਲ ਸੌਖਾ ਨਹੀਂ ਹੋਣਾ ਇਸ ਚੀਜ਼ ਨੂੰ ਜਿਹੜਾ ਸੀ ਉਹਨਾਂ ਦੀ ਮੰਗ ਪੂਰੀ ਕਰਾਉਣਾ ਜੀ। ਆਪਾਂ ਕਾਲਾਂ ਲੈ ਲਈਏ ਜੀ, ਪਹਿਲਾਂ ਖਾਲਸਾ ਜੀ, ਲੋਕ ਕਾਲਾਂ ਲੋ ਲੋ ਕਿਸਾਨ ਮਜ਼ਦੂਰ ਤੇ ਗਰੀਬਾਂ ਦੀ ਵੋਟ ਲੈ ਕੇ ਗਾਂ ਪਹੁੰਚਦਾ, ਕਾਨੂੰਨ ਦੀ ਕਿਤਾਬ ਦੇ ਵਿਚ ਇਹ ਗਰੀਬ ਲੋਕਾਂ ਵਾਸਤੇ ਕਿਸਾਨ ਮਜ਼ਦੂਰ ਜਾਂ ਉਹ ਲੋਕ ਜਿਹੜੇ ਕਿ ਰੋਜ਼ ਦੀ ਰੋਜ਼ ਆਪਦੀ ਰੋਟੀ ਰੋਜ਼ੀ ਕਮਾ ਕੇ ਆਪਦਾ ਢਿੱਡ ਭਰਦੇ ਆ, ਉਹਨਾਂ ਵਾਸਤੇ ਕੋਈ ਜਗ੍ਹਾ ਹੈ ਕਾਨੂੰਨ ਦੇ ਵਿਚ? ਔਰ ਜਦੋਂ ਪਾਰਲੀਮੈਂਟ ਦੇ ਵਿਚ ਤੇ ਅਸੈਂਬਲੀਆਂ ਦੇ ਵਿਚ ਜਿਹੜੇ ਧਾੜਵੀ ਲੋਕ ਹੈ, ਜਿਹੜੇ ਅਮੀਰ ਲੋਕ ਹੈ ਉਹ ਬੈਠੇ ਹੈ, ਤਾਂ ਮੈਨੂੰ ਉਹ ਦੱਸੋ ਜਿਹੜੇ ਅਪਰਾਧੀ ਆ ਉਹ ਬੈਠੇ ਆ, ਉਹ ਲੋਕਾਂ ਦੀ ਗੱਲ ਕਿਵੇਂ ਸੋਚਣਗੇ? ਇਹਦਾ ਜਵਾਬ ਜੀ। ਦੂਜੀ ਕਾਲ ਲੈ ਲਈਏ ਜੀ, ਪਹਿਲਾਂ ਸਤਿ ਸ੍ਰੀ ਅਕਾਲ ਜੀ, ਸੈਕੰਡ ਕਾਲ ਆਉਣ ਏਰੋ ਜੀ, ਤੁਸੀਂ 9190 ਜੀ, ਸਤਿ ਸ੍ਰੀ ਅਕਾਲ ਜਾਣਕਾਰੀ ਦਿਆ ਜੇ ਕਿ ਅੱਜ ਤੋਂ ਮਹੀਨਾ ਪਹਿਲਾਂ ਨਾ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਸੀ ਤੇ ਕਿਸਾਨ ਜਥੇਬੰਦੀਆਂ ਦਾ ਵੀ ਬਿਆਨ ਸੀ ਕਿ ਮਹਾਰਾਸ਼ਟਰ ਕੇ ਜਾਂ ਕਿਸੇ ਹੋਰ ਸਟੇਟ ਦੀ ਬਾਸਮਤੀ ਨੂੰ GI ਟੈਗ ਨਾ ਦਿੱਤਾ ਜਾਵੇ। ਕੀ ਮਤਲਬ ਆ ਵੀ ਉਹਨਾਂ ਦੀ ਬਾਸਮਤੀ ਮਾੜੀ ਸੀ ਜਾਂ ਇਹ ਪੰਜਾਬ ਵਾਲੇ ਆਪਣੇ ਬਾਰੇ ਹੀ ਸੋਚ ਰਹੇ ਆ, ਤੇ ਜਾਂ ਉਹ ਵਿਚਾਰੇ ਸੋਚ ਰਹੇ ਇਹਨਾਂ ਨੂੰ GI ਦਾ ਉਹ ਬਾਸਮਤੀ ਆਪਦੀ ਕਿੱਥੇ ਵਿੱਚ, ਮਤਲਬ ਇਹਨਾਂ ਨੂੰ ਇਹ ਜਾਣਕਾਰੀ ਹੀ ਦੇ ਪੂਰੀ। ਮੈਨੂੰ ਇਹਦੇ ਲਈ ਨਾ ਸਮਾਂ ਦਿਓ ਕਿਉਂਕਿ ਮੇਰੇ ਵੀ ਦਿਮਾਗ ਜੇ ਚ ਹੈ ਨੀ ਗੱਲ। ਹਾਂਜੀ ਠੀਕ ਹੈ ਜੀ, ਮਹੀਨਾ ਕੁ ਪਹਿਲਾਂ ਬਿਆਨ ਸੀ ਵੀ ਮਹਾਰਾਸ਼ਟਰ ਦੀ ਪਤਾ ਨੀ ਕਿਹੜੀ ਸਟੇਟ ਦੀ ਹੈ ਉਹਨੂੰ GI ਟੈਗ ਨਾ ਦਿੱਤਾ ਜਾਵੇ, ਪੰਜਾਬ ਦੇ ਕਿਸਾਨ ਦਾ ਨੁਕਸਾਨ ਹੋਊਗਾ ਉਹਦੇ ਨਾਲ। ਉਹਦੇ ਨਾਲ ਦੇਖੋ ਗੱਲ ਤਾਂ ਇਹ ਹੈ ਨਾ ਵੀ ਜਿਹੜਾ ਕਿਸਾਨ ਗਾਉਂਦਾ ਉਹ ਤਾਂ ਗਾਉਣਾ ਹੀ ਆ, ਉਹਦੇ ਚਿੱਦੀ ਤਾਂ। ਹਾਂਜੀ ਹਾਂਜੀ ਬਿਲਕੁਲ, ਮੈਂ ਉਹੀ ਪੁੱਛਣਾ ਵੀ ਇਹਨਾਂ ਨੇ ਉਹ ਬਿਆਨ ਕਿਉਂ ਦਿੱਤਾ ਸੀਗਾ ਜੀ, ਪੰਜਾਬ ਦੇ ਕਿਸਾਨ ਦਾ ਉਹ ਚ ਕੀ ਨੁਕਸਾਨ ਸੀ ਤੇ ਇਦਾਂ ਜੀ। ਜੀ ਚਲੋ, ਸਮਾਂ ਮੈਂ ਟਾਈਮ ਦਿਓ ਜੀ, ਆਪਾਂ ਕੱਢ ਦਿੰਨੇ ਤੇ ਪੱਟੀ ਸਾਹਿਬ ਹੁਣ ਆਪਾਂ ਅਗਲੀ ਖਬਰ ਵੱਲ ਕਰੀਏ। ਜਿਹੜੀ ਗੱਲ ਕੀਤੀ ਜੀ ਖਾਲਸਾ ਨੇ ਅਪਰਾਧੀ ਵਾਲੀ ਗੱਲ,
ਸਾਡੀ ਮਾਨਸਿਕਤਾ ਬਣ ਚੁੱਕੀ ਹੈ ਨਾ ਜੀ, ਜੀ ਸਾਡੀ ਮਾਨਸਿਕਤਾ ਚੇਂਜ ਕਰਨੀ ਪਊਗੀ। ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਸਾਨੂੰ ਸਤਪਾਲ ਡਾਂਗ ਵਰਗੇ, ਇੰਦਰਜੀਤ ਗੁਪਤ ਵਰਗੇ, ਸਾਨੂੰ ਜਿਹੜੇ ਸਾਡੇ ਹੈਗੇ ਸੀ ਆਪਣੇ ਜਿਹੜੇ ਲੀਡਰ ਭੁੱਲ ਗਿਆ ਉਹਨਾਂ ਦਾ, ਉਹੋ ਜਿਹੇ ਲੀਡਰ ਪੈਦਾ ਕਰਨੇ ਚਾਹੀਦੇ ਸਾਨੂੰ, ਕਿਉਂਕਿ ਜਿਹਨਾਂ ਨੇ ਪਤਾ ਨਾ ਇਹਨਾਂ ਵੇਖਣਾ ਨਾ ਇਹਨਾਂ ਮੁੜਨਾ, ਇੰਟੈਲੀਜੈਂਟ ਬੰਦੇ, ਪੜ੍ਹੇ ਲਿਖੇ ਬੰਦੇ ਜਿਹੜੀ ਆਪਣੀ ਗੱਲ ਸਹੀ ਤਰੀਕੇ ਨਾਲ ਕਰਕੇ ਪਾਰਲੀਮੈਂਟ ਚ ਕਰ ਸਕਣ। ਸਾਡੀ ਮਾਨਸਿਕਤਾ ਬਣ ਗਈ ਆ ਵੀ ਕਿਹਦੇ ਪਿਛਲੇ ਪਾਸੇ ਜਿਆਦਾ ਬੰਦੇ ਹੈਗੇ, ਅਸੀਂ ਵੋਟ ਨੂੰ ਪਾਉਂਦੇ ਜੀ, ਇਹਦੇ ਕੋਲ ਬੜੀ ਪਾਰਟੀ ਕੋਈ ਬੜੇ ਬੰਦੇ ਜੀ, ਤੇ ਅਸੀਂ ਕਦੀ ਵੀ ਨੀ ਇਹ ਸੋਚਿਆ ਵੀ ਅਸੀਂ ਇਹ ਸੋਚ ਕੇ ਕੰਮ ਕਰੀਏ ਵੀ ਭਾਈ ਨਹੀਂ ਯੋਗ ਉਮੀਦਵਾਰ ਇਹ ਸਾਡੀ ਇੱਥੇ ਜਾ ਕੇ ਅਗਵਾਈ ਕਰ ਸਕਦਾ, ਉਹਨੂੰ ਨੀ ਵੋਟ ਨੀ ਪਾਉਂਦੇ, ਜਿਹਦੇ ਕਰਕੇ ਸਾਡਾ ਬੁੱਧੀਜੀਵੀ ਵਰਗ ਜਿਹੜਾ ਉਹ ਖੁਡੇਲਣ ਲੱਗਾ ਪਿਆ ਜੀ। ਜੇ ਅੱਜ ਸਾਡੇ ਬੁੱਧੀਜੀਵੀ ਵਰਗ ਅੱਗੇ ਆ ਜਾਣ ਤੇ ਉਹ ਚਲੇ ਜਾਣ ਉੱਥੇ ਤੇ ਆਪਣੀ ਗੱਲ ਕਰ ਸਕੇ, ਉਹ ਤੁਹਾਡੀ ਗੱਲ ਸਹੀ ਤਰੀਕੇ ਨਾਲ ਜਾ ਕੇ ਉੱਥੇ ਕਰ ਸਕਦੇ ਪਾਰਲੀਮੈਂਟ ਦੇ ਵਿੱਚ ਜੀ। ਪਰ ਸਾਨੂੰ ਉਹ ਸਾਨੂੰ ਇਹ ਮੁਸ਼ਕਿਲ ਇਹੋ ਹੀ ਹੈ ਵੀ ਅਸੀਂ ਉਹਨਾਂ ਨੂੰ ਆਪਣੀ ਵੋਟ ਨਹੀਂ ਪਾਉਂਦੇ, ਸਾਨੂੰ ਆਪਣੀ ਮਾਨਸਿਕਤਾ ਚੇਂਜ ਕਰਨੀ ਵੀ ਜਿੰਚਰ ਨਹੀਂ ਕਰਦੇ ਤੇ ਅੱਜ ਸਾਡੇ 233 ਦੇ ਅਪਰਾਧੀ, ਕੱਲ ਨੂੰ ਉਹ 283 ਹੋਣੇ 2024 ਦੇ ਵਿੱਚ ਜੀ ਜੀ। ਸਭ ਤੋਂ ਗੱਲ ਖਾਲਸਾ ਜੀ ਵੱਡੀ ਇਹ ਆ, ਕੁਲਦੀਪ ਸੈਂਗਰ ਨੇ ਪਹਿਲਾਂ ਇੱਕ ਬਲਾਤਕਾਰ ਕੀਤਾ ਕੁੜੀ ਨਾਲ ਨੌਕਰੀ ਲੈਣਾਈ ਨੇ, ਉਹਦੇ ਮੁੜ ਕੇ ਪਰਿਵਾਰ ਦੇ ਜੀ ਮਾਰਤੇ, ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ, ਉਹਦੇ ਪਿਓ ਨੂੰ ਫੜ ਕੇ ਅੰਦਰ ਦੇ ਦਿੱਤਾ, ਉਹਦੇ ਚਾਚੇ ਨੂੰ ਅੰਦਰ ਕਰਤਾ, ਕੀ ਕਿਹੜਾ ਕੰਮ ਨੀ ਕੀਤਾ ਉਹਨੇ, ਮੁੜ ਕੇ ਰੌਲਾ ਪਿਆ, ਰੌਲਾ ਪੈਣ ਤੋਂ ਬਾਅਦ ਖਿਲਾਫ਼ ਪਰਚੇ ਹੋਏ, ਉਹਨੂੰ ਸਜ਼ਾ ਹੋਈ। ਅੱਜ ਫਿਰ ਬੀਜੇਪੀ ਜਿਹੜੀ ਟਿਕਟ ਆ ਨਾ 22 ਇਲੈਕਸ਼ਨ ਦੀ ਉਹਦੇ ਪਰਿਵਾਰ ਚ ਦੇ ਰਹੀ ਆ ਜੀ, ਉੱਥੇ ਕੋਈ ਬੰਦਾ ਹੋਰ ਹੈ ਹੀ ਨੀ, ਜਿਹੜੇ ਉਹਦੇ ਪਰਿਵਾਰਕ ਮੈਂਬਰ ਆ ਉਹ ਕੀ ਭਲੀ ਗੁਜ਼ਾਰਨਗੇ ਕੱਲ ਨੂੰ ਫਿਰ MLA ਬਣ ਕੇ, ਜਿਹੜੇ ਪਰਿਵਾਰ ਨੇ ਕੀਤਾ ਜਿਹਨੇ ਜਿਹਨੇ ਸਾਥ ਦਿੱਤਾ ਉਹਨਾਂ ਭਲੀ ਗੁਜ਼ਾਰਨਗੇ ਉਹ। ਇਸ ਕਰਕੇ ਪਾਰਟੀਆਂ ਨੂੰ ਤੇ ਲੋਕਾਂ ਨੂੰ ਆਪਣੀ ਮਾਨਸਿਕਤਾ ਚੇਂਜ ਕਰਨੀ ਪਊ ਜੀ ਜੀ। ਪਹਿਲੀ ਕਾਲ 9849 ਜੀ ਆਉਣੇ ਰਹੋ, ਫਿਰ ਕਲੇਰ ਸਾਹਿਬ ਦੀ ਕਾਲ ਲਵਾਂਗੇ ਜੀ। ਹਲੋ ਦਾਨੇਵਾਲੀ ਸਾਹਿਬ, ਭੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਦੇਖੋ ਹੁਣ ਲੱਗਦਾ ਕਿ ਤੁਹਾਡੀਆਂ ਸਾਰੀਆਂ ਮਤਲਬ ਪਹਿਲੀਆਂ ਲਸਾ ਦੀਆਂ ਗੱਲਾਂ ਸੁਣੀਆਂ, ਤੁਹਾਡੀਆਂ ਵੀ ਸੁਣੀਆਂ, ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਕੁਛ ਸੋਚਣ ਸਮਝਣ ਨੂੰ ਮਿਲਦਾ ਹੈ, ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਮਤਲਬ ਗੱਲ ਇਹ ਹੈ ਵੀ ਇਹਨਾਂ ਸਾਰੇ ਟਰੈਕਟਰ ਰੈਲੀਆਂ ਕਰ ਲਈਆਂ ਨੇ, ਯੋਗਦਾਨ ਰਿਹਾ ਆਪਣਾ, ਪਰ ਇਹਨਾਂ ਦਾ ਕਿਸਾਨ ਸੰਘਰਸ਼ ਨਾਲ ਕੋਈ ਸੰਬੰਧ ਨਹੀਂ, ਕੋਈ ਲੈਕਾ ਦੇਕਾ ਨਹੀਂ। ਇਹ ਜਿਵੇਂ ਤੁਸੀਂ ਕਹਿ ਦਿੱਤਾ ਵੀ ਇਹ ਤੇ ਇੱਕ ਵੋਟਾਂ ਦੀ ਖੇਤੀ ਉਹ ਤਿਆਰ ਕੀਤੀ ਉਹਨੂੰ ਵਧਣ ਵਾਸਤੇ, ਤੇ ਹੁਣ ਦਸ ਤਰੀਆਂ ਦੋ ਤਰੀਆਂ ਸਵਾਰਨ ਲੈ ਪਏ ਤੇ ਮੈਂ ਵੜਨਾ। ਅਗਲੀ ਗੱਲ ਇਹ ਹੈ ਵੀ ਸਰਕਾਰ ਜਿਹੜੀ ਹੈ ਨਾ, ਮੋਦੀ ਸਰਕਾਰ, ਉਹ ਹਿੱਲ ਗਈ ਹੈ ਜ਼ਰੂਰ ਜੀ। ਉਹ ਚਾਹੁੰਦੀ ਹੈ ਕਿ ਹੁਣ ਜਿਸ ਤਰ੍ਹਾਂ ਭੱਟੀ ਸਾਹਿਬ ਤੋਂ ਜੁੜ ਮੇਲ ਮਿਲਿਆ ਵੀ ਗੱਲ ਕੀਤੀ ਜਾਵੇ, ਲੇਕਿਨ ਗੱਲ ਕਰਨ ਵਾਸਤੇ ਕੋਈ ਬੰਦਾ ਜਿਹੜਾ ਉਹ ਇੱਥੋਂ ਤੇ ਇਹਨਾਂ ਪਾਰਟੀਆਂ ਵਿੱਚੋਂ ਤੇ ਕੋਈ ਨਹੀਂ ਨਜ਼ਰ ਆਇਆ ਵੀ ਜਿਹੜਾ ਕੋਈ ਗੱਲ ਕਰੇ, ਕਿਉਂਕਿ ਉਸ ਪਾਸੇ ਨੂੰ ਤਾਂ ਜਾਂਦੇ ਹੀ ਨਹੀਂ ਹੈ। ਪਰ ਉਹਨਾਂ ਗੱਲ ਕਰਨ ਦਾ ਇੱਕ ਨਮੂਨਾ ਬਣਾ ਤਾ ਤੇ ਉਹ ਨਮੂਨਾ ਇੱਕ ਫੱਕਾ ਆਇਆ ਜਿਹੜਾ ਆਂਦਾ ਪਿਆ ਵੀ ਮੈਂ ਤੁਹਾਨੂੰ ਲੈ ਕੇ ਚੱਲਣਾ ਵਾ ਜੀ। ਇਹਦਾ ਮਤਲਬ ਉਹਨੂੰ ਭੇਜਿਆ ਗਿਆ ਕਿ ਇਹ ਜੋ ਮੇਰੀ ਸਮਝ ਵਿੱਚ ਆਉਂਦਾ ਹੈ ਜੀ। ਦੂਜੀ ਕਾਲ ਜੀ, ਸਤਿ ਸ੍ਰੀ ਅਕਾਲ ਜੀ, ਕਲੇਰ ਸਾਹਿਬ, ਕਲੇਰ ਸਾਹਿਬ ਸਤਿ ਸ੍ਰੀ ਅਕਾਲ ਜੀ। ਚਲੋ ਸੈਟਲ ਤੋਂ ਕੁਲਵੰਤ ਗਿੱਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਇੱਕ ਬੇਨਤੀ ਆ ਹੱਥ ਬੰਨ ਕੇ, ਕੋਈ ਸੁਝਾਵ ਨੀ, ਸੁਝਾਵ ਹੀ ਆ, ਕੋਈ ਨੀ ਗਾ ਜੀ। ਇਹ ਵੀਰ ਜੀ ਹੱਥ ਬੰਨ ਕੇ ਬੇਨਤੀ ਆ ਕਿ ਖਾਲਸਾ ਜੀ ਜਦੋਂ ਵੀ ਤੁਹਾਡੀ ਕਾਲ ਤੁਹਾਡੇ ਨਾਲ ਆਉਂਦੇ ਆ ਨਾ, ਤੁਸੀਂ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੱਥ ਬੰਨ ਕੇ ਬੇਨਤੀ ਆ, ਉਹ ਬੜੇ ਬਜ਼ੁਰਗ ਸਿਆਣੇ। ਵੀਰ ਜੀ ਮੇਰੀ ਖਾਲਸਾ, ਮੇਰੀ ਖਾਲਸਾ ਦੀ ਰੋਜ਼ ਦੀ ਦੋ ਵਾਰੀ ਆਫ ਦੀ ਗੱਲ ਹੁੰਦੀ ਹੈ, ਉਹਨਾਂ ਨਾਲ ਅਸੀਂ ਬੜੇ ਮੁੱਦੇ ਸਾਂਝੇ ਕਰਦੇ ਹਾਂ, ਸਾਡਾ ਪਿਆਰ ਆ,
समा नहीं है इग्नोर तुहाडे गल है क्योंकि मेरे नाल ऑफ दी एयर गल कर लेंदे क्योंकि समा मेरे को बड़ा बीबी खबरां बड़ियां ने बीबी हरशिंदर कौर ने भी आना माफी चाहूंगा मैं तुहाडे तों क्योंकि एहो जिहियां गल्लां जे तुहानूं लगदियां तुसीं मैनूं निजी कर रहे हो क्योंकि खालसा जी दे कई बार सवाल रिपीट हुंदे आ सो इस करके बजुर्ग बंदे ने सानूं गल सुननी पैंदी है फिर कई बार रिपीट कर देंदे ने समा नहीं हुंदा साडे कोले गल दा सो इह मेन गल हुंदी है। धन्नवाद तुहाडा जी कुलवंत सिंह जी। ਪੱਟੀ ਸਾਹਿਬ ਅਗਲੀ ਖਬਰ ਜਿਹੜੀ ਬਹੁਤ ਜ਼ਰੂਰੀ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਦਲਿਤ ਤੇ ਸਵਰਨ ਜਾਤੀਆਂ ਜਿਹੜੀਆਂ ਨੇ ਆਪਾ ਵਿਰੋਧੀ ਸੰਘਰਸ਼ ਦੇ ਵਿੱਚ ਪੈ ਗਏ ਨੇ ਜੀ ਕਾਂਡ ਹੋਇਆ ਉਹ ਬੜਾ ਮੰਦਭਾਗਾ ਹੋਇਆ ਜੀ ਦੋ ਉੱਥੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਰਵੱਈਆ ਰਿਹਾ ਉਹ ਬੜਾ ਉਹ ਵੀ ਮੰਦਭਾਗਾ ਰਿਹਾ ਜੀ ਇੱਕ ਲੜਕੀ ਨਾਲ ਜੇ ਬਲਾਤਕਾਰ ਹੋਣ ਲਿਆ ਵਾ ਉਹਦੀ ਕੁੱਟਮਾਰ ਕੀਤੀ ਗਈ ਆ ਉਹਦੀ ਜੀਭ ਕੱਟੀ ਗਈ ਆ ਸਭ ਕੁਝ ਉਹਦੇ ਸਭ ਕੁਝ ਪਤਾ ਆਇਆ ਪੋਸਟਮਾਰਟਮ ਤੇ ਆਇਆ ਤੇ ਇੱਕ ਡੀਐਮ ਕਹਿੰਦਾ ਗੱਲ ਹੀ ਕੋਈ ਨੀ ਹੈਗੀ ਜੀ ਫਿਰ ਦਬਕੇ ਮਾਰਦਾ ਡੀਐਮ ਵੀ ਉਹਨਾਂ ਨੂੰ ਵੀ ਪ੍ਰੈਸ ਵਾਲੇ ਦੱਸ ਜਾ ਕੇ ਮਤਲਬ ਸਾਡੇ ਕੋਲ ਰਹਿਣਾ ਤੁਸੀਂ ਮਤਲਬ ਇਹ ਗੱਲਾਂ ਜਿਹੜੀਆਂ ਨਹੀਂ ਸੀ ਹੋਣੀ ਚਾਹੀਦੀਆਂ ਹੁਣ ਸਿਆਪਾ ਕੀ ਪੈ ਗਿਆ ਉੱਥੇ ਚਲੋ ਸਾਰੇ ਗਏ ਨੇ ਸਾਰੇ ਰਾਹੁਲ ਗਾਂਧੀ ਗਈ ਹੈ ਪ੍ਰਿੰਕਾ ਗਈ ਹੈ ਇਹਨਾਂ ਦੀ ਖਿੱਚ ਤੂ ਹੋਈ ਆ ਉਹਨਾਂ ਦੀ ਕਮੀਜ਼ ਵੀ ਇੱਕ ਦੀ ਪੜੀ ਪ੍ਰਿੰਕਾ ਦੀ ਸਫਾਈ ਨੂੰ ਵੀ ਚੱਲਣ ਡਿਆ ਹੁਣ ਵੀ ਕੀ ਕਰਦੇ ਉਹਦੇ ਬਾਰੇ ਚ ਹੁਣ ਇਹ ਜਾ ਕੇ ਆਏ ਇਹਨਾਂ ਤੇ ਵੇਖਣੀਆਂ ਵੋਟਾਂ ਆਪਣੀਆਂ ਇਹਨਾਂ ਦਾ ਮਤਲਬ ਕੋਈ ਨੀ ਇਹਨਾਂ ਵੋਟਾਂ ਲੈਣੀਆਂ ਉੱਥੇ ਜਿਹੜੀ ਬਰਾਦਰੀ ਆ ਉੱਥੇ ਜਿਹੜੀ ਤੁਹਾਡੀ ਛੋਟੀ ਬਰਾਦਰੀ ਦਲਿਤ ਬਰਾਦਰੀ ਉਹ ਤੇ ਠਾਕਰ ਬਰਾਦਰੀ ਆਹਮੋ ਸਾਹਮਣੇ ਹੋਈ ਠਾਕਰ ਬਰਾਦਰੀ ਕਹਿੰਦੀ ਆ ਵੀ ਬੰਦੇ ਮਰਦੋ ਛੱਡੋ ਇਹਨਾਂ ਨੂੰ ਤੁਸੀਂ ਉਹ ਕਹਿੰਦੇ ਦੋਸ਼ੀ ਆ ਹੁਣ ਠਾਕਰ ਬਰਾਦਰੀ ਦੇ ਜਿਹੜੀ ਦੂਜੀ ਬਰਾਦਰੀ ਹੈਗੀ ਇੱਥੇ ਬਾਣੀਆਂ ਬਰਾਦਰੀ ਉਹ ਵਿਕਾਸ ਦੁਬੇ ਦੇ ਮਾਰੇ ਜਾਣ ਤੋਂ ਬਾਅਦ ਉਹਨਾਂ ਨੇ ਉਦੋਂ ਬਾਗੀ ਹੋ ਗਏ ਅਦੇ ਤੋਂ ਜੋਗੀ ਤੋਂ ਬਾਅਦ ਬਾਗੀ ਹੋਣ ਕੇ ਸਿਆਪਾ ਇਸ ਗੱਲ ਦਾ ਵੀ ਜੇ ਕਿਤੇ ਇਹਨਾਂ ਦੋਵਾਂ ਬਰਾਦਰੀਆਂ ਦਾ ਟਕਰਾਓ ਸ਼ੁਰੂ ਹੋ ਗਿਆ ਕਿਉਂਕਿ ਇਹਨਾਂ ਦੋਵਾਂ ਦਾ ਗੁਜ਼ਾਰਾ ਨੀ ਉੱਥੇ ਦੋਵੇਂ ਜਿਹੜੇ ਆ ਇੱਕ ਹਿਸਾਬ ਦੀ ਤੁਸੀਂ ਵੇਖੋ ਜਿਹੜੇ ਦਲਿਤ ਨੇ ਦਲਿਤ ਜਿਹੜੇ ਉਹ ਖੇਤਾਂ ਚ ਕੰਮ ਕਰਦੇ ਸਾਡੇ ਘਰਾਂ ਚ ਕੰਮ ਕਰਦੇ ਸਭ ਜਗ੍ਹਾ ਕੰਮ ਕਰਦੇ ਹੁਣ ਜੇ ਵੇਖੋ ਸਾਡੇ ਸਮਾਜ ਦੀ ਗੰਦਗੀ ਤੇ ਵਿਚਾਰੇ ਇਹ ਹੁੰਦੇ ਹੀ ਹੁੰਦੇ ਆ ਤੇ ਲੇਕਿਨ ਜਿਹੜੀ ਸਾਡੀ ਪੋਲੀਟੀਕਲ ਗੰਦਗੀ ਕੌਣ ਹੁੰਜੂਗਾ ਉਹ ਗੰਦਗੀ ਪਾਉਣੀ ਸਾਡੀ ਪੋਲੀਟੀਕਲ ਪਾਰਟੀਆਂ ਉੱਥੇ ਉਹ ਜਿਹੜੇ ਠਾਕਰ ਉਹ ਕਹਿੰਦੇ ਇਹ ਨੋਟਸ ਨਿਰਦੋਸ਼ ਛੱਡੋ ਆ ਬਾਕੀ ਕਹਿੰਦੇ ਨੇ ਜੇ ਦੋਸ਼ੀ ਨੂੰ ਫੜ ਕੇ ਅੰਦਰ ਦੇ ਇਹਨਾਂ ਨੂੰ ਗੋਲੀ ਮਾਰੋ ਇਹਨਾਂ ਨੂੰ ਜਿੱਦਾਂ ਮਿਸਾਲ ਵਿਕਾਸ ਦੁਬੇ ਨੂੰ ਮਾਰੀ ਆ ਇਹਨਾਂ ਨੂੰ ਫਾਂਸੀ ਲਾਓ ਇਹਨਾਂ ਨੂੰ ਜਿਹੜੀ ਉਹ ਕੁੜੀ ਸੀ ਤੁਹਾਡੀ ਵਕੀਲ ਜਿਹੜੀ ਵਕੀਲ ਸੀ ਜਿਹਨੇ ਕੇਸ ਲੈਣਾ ਸ਼ੁਰੂ ਆਪਣੇ ਦਾ ਨਿਰਭਇਆ ਦਾ ਉਹ ਵਿਚਾਰੀ ਕਿਸੇ ਪਾਸੇ ਮੋਟਰਸਾਈਕਲ ਬਹਿ ਕੇ ਉੱਥੇ ਗਈ ਜਾਂ ਉਹਨੂੰ ਜਾਣ ਦਿੱਤਾ ਗਿਆ ਉਹਦੇ ਘਰ ਪੂੰਜੀ ਘਰ ਜਾ ਕੇ ਬੂਹਾ ਖੁੱਲਿਆ ਪਿੰਨੇ ਬੂਹਾ ਨੀ ਖੋਲਦੇ ਉਹਨੂੰ ਕੀ ਬਹਾਨਾ ਲਾਇਆ ਬੂਹਾ ਖੋਲਿਆ ਫਿਰ ਜਾ ਕੇ ਮਿਲੀ ਉਹਨਾਂ ਨੂੰ ਉਹਨੂੰ ਪੂੰਜੀ ਮੈਂ ਤੁਹਾਡਾ ਕੇਸ ਲੂੰਗੀ ਮੇਰੇ ਵਿਆਹ ਦੇ ਮੰਨਣੇ ਸਾਈਨ ਕਰਦੇ ਉਹਦੇ ਵਿੱਚ ਕਈਆਂ ਦੀ ਪੇਸ਼ੀ ਹੋ ਗਈ ਵੀ ਕਿਵੇਂ ਇੱਥੇ ਆ ਗਈ ਮੇਰਾ ਕਹਿਣ ਤੋਂ ਭਾਵੇ ਇਹ ਵੀ ਜਿਹੜੀ ਉੱਥੇ ਬਰਾਦਰੀਵਾਦ ਦੀ ਲੜਾਈ ਸ਼ੁਰੂ ਹੋਣ ਲੱਗੀ ਆ ਉਹ ਇੱਕ ਬੜਾ ਤਕੜਾ ਪਾੜਾ ਪੈਦਾ ਕਰੇਗੀ ਇਹਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਇੰਨੀ ਜੇਟਲੀ ਉੱਥੇ ਕੋਈ ਕਾਰ ਵੀ ਕਰੇ ਦੋਵਾਂ ਧਿਰਾਂ ਨੂੰ ਬਹੁਤ ਮਹਿੰਗਾ ਪੈ ਜਾਣਾ ਜੀ ਸੌਦਾ ਮਹਿੰਗਾ ਪੈ ਜਾਣਾ ਪਹਿਲਾਂ ਹੀ ਬਹੁਤ ਕੁਝ ਹੋਈ ਜਾਂਦਾ ਕਿਸਾਨਾਂ ਦਾ ਮਸਲਾ ਬੜਾ ਹੋਰ ਬੜੇ ਮਸਲੇ ਨੇ ਸੋ ਗੱਲ ਕਰੀਏ ਲਗਾਤਾਰ ਇਹੋ ਜਿਹੀਆਂ ਸਥਿਤੀਆਂ ਪੈਦਾ ਹੋ ਰਹੀਆਂ ਕਿ ਪੋਲਰਾਈਜੇਸ਼ਨ ਹੋ ਰਹੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਸਾਹਿਬ ਕਿਸੇ ਬੰਦੇ ਦੇ ਵਿੱਚ ਇਨਸਕਿਉਰਿਟੀ ਪੈਦਾ ਹੋ ਜਾਣੀ ਜਦੋਂ ਉਹ ਕਹਿੰਦਾ ਕਿ ਮੈਂ ਇੱਥੇ ਇਨਸਕਿਉਰ ਹਾਂ ਉਹਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਜਾਣੀ ਉਹ ਬੜੀ ਖਤਰਨਾਕ ਹੁੰਦੀ ਹੈ ਕਿਸੇ ਦੇਸ਼ ਦੇ ਵਿੱਚ ਕਿਸੇ ਨਾਗਰਿਕ ਨੂੰ ਜਾਂ ਇੱਕ ਤਬਕੇ ਨੂੰ ਇਹ ਚੀਜ਼ ਪੈਦਾ ਹੋ ਜਾਣੀ ਬਿਲਕੁਲ ਤੇ ਉਧਰ ਸੰਸਦ ਭਵਨ ਦੇ ਸਾਹਮਣੇ ਕਿਸਾਨੀ ਮੰਗਾਂ ਨੂੰ ਲੈ ਕੇ ਕਹਿੰਦੇ ਕੁਝ ਨੌਜਵਾਨਾਂ ਨੇ ਧਰਨੇ ਤੇ ਬੈਠੇ ਨੇ ਕਿਹੜੇ ਬੈਠੇ ਨੇ ਤੇ ਇਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਆਪਾਂ ਉਹ ਵੀ ਗੱਲ ਕਰਦੇ ਜੀ ਪਹਿਲਾਂ ਥੋੜੀ ਜਿਹੀ ਗੱਲ ਮੈਂ ਸਿੱਧੂ ਦੀ ਗੱਲ ਕਰਨਾ ਚਾਹੁੰਦਾ ਸੀ ਜੀ ਸਿੱਧੂ ਨੇ ਵੇਖੋ ਜੀ ਜਿਹੜੀ ਉੱਥੇ ਕੱਲ ਸਪੀਚ ਕੀਤੀ ਉਹਦੀ 13 ਮਿੰਟ ਦੀ ਸਪੀਚ ਆ ਉਹਦਾ ਜਦੋਂ ਰੋਕਿਆ ਗਿਆ ਉਹਨੇ ਰੰਧਾਵੇ ਨੂੰ ਕੀ ਕਿਹਾ ਸਾਰੀ ਦੁਨੀਆਂ ਨੇ ਸੁਣਿਆ ਜੀ ਜੀ ਸਿੱਧੂ ਨੇ ਰਾਹੁਲ ਨੂੰ ਕਿਹਾ ਜੀ ਸਾਨੂੰ ਇਹ ਸ਼ੰਭੂ ਬੈਰੀਅਰ ਨਹੀਂ ਟੱਪਣ ਦਿੰਦੇ ਤੁਹਾਨੂੰ ਪਤਾ ਬੈਂਸ ਨੇ ਕੀ ਕਿਹਾ ਸ਼੍ਰੀਮਤੀ ਬੈਂਸ ਨੇ ਕਿਹਾ ਜੀ ਨੈਸ਼ਨਲ ਹਾਈਵੇ ਤੁਸੀਂ ਰੋਕ ਨਹੀਂ ਸਕਦੇ ਇਹ ਜਿਹੜੀ ਨੈਸ਼ਨਲ ਹਾਈ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਵਾ ਤੁਹਾਡੀ ਸਟੇਟ ਜਾ ਕੇ ਅਸੀਂ ਗੜਬਗੜੀ ਤੋਂ ਰੋਕੋ ਤੁਸੀਂ ਪਰਚੇ ਤੋਂ ਸਾਡੇ ਤੇ ਰੋਕ ਨਹੀਂ ਸਕਦੇ ਨਾਲ ਉਹਨੇ ਕੀ ਕਿਹਾ ਸਿੱਧੂ ਕਹਿਣ ਲੱਗਾ ਜੀ ਤੁਸੀਂ ਸ਼ੰਭੂ ਬੈਰੀਅਰ ਸਾਨੂੰ ਟੱਪਣ ਨਹੀਂ ਦੇ ਰਾਹੁਲ ਸਾਹਿਬ ਇਹ ਕੁਛ ਕਰੋ ਇਹਦੇ ਬਾਰੇ ਤੁਸੀਂ ਜਾ ਕੇ ਦਿੱਲੀ ਤੇ ਇਹ ਸਾਨੂੰ ਉਹ ਰਸਤਾ ਤੇ ਮਿਲੇ ਸਾਨੂੰ ਆਪਣੀ ਰਾਜਧਾਨੀ ਜਾਣ ਵਾਸਤੇ ਜਿਹੜਾ ਰਸਤਾ ਨਹੀਂ ਦਿੰਦੇ ਸਾਨੂੰ ਉਹ ਕਹਿੰਦੇ ਨਹੀਂ ਤੇ ਫਿਰ ਤੁਸੀਂ ਵੇਖੋ ਜੀ ਸਾਡਾ ਪਾਕਿਸਤਾਨ ਵਪਾਰ ਚੱਲਦਾ ਸੀ ਪਹਿਲਾਂ ਬਾਰਡਰ ਹੀ ਖੋਲਦੇ ਹੋਰ ਚੱਲ ਜਾ ਕਰਾਂਗੇ ਠੀਕ ਹੈ ਜੀ ਇਹ ਗੱਲਾਂ ਸਿੱਧੂ ਦੀਆਂ ਕਹਿਣੀਆਂ ਜਿਹੜੀਆਂ ਨਾ ਪਵਿੱਤਰ ਸਿੱਧੇ ਤਰੀਕੇ ਨਹੀਂ ਕਹੀਆਂ ਲੇਕਿਨ ਉਹਦਾ ਮਕਸਦ ਕਹਿਣ ਦਾ ਸਿਰਫ ਇਹੋ ਹੀ ਸੀਗਾ ਵੀ ਇੱਧਰ ਵੇਖੋ ਜੀ ਬਾਰਡਰ ਤੇ ਜਾਂਦੇ ਬਾਰਡਰ ਬੰਦ ਆ ਇੱਧਰਲੇ ਪਾਸੇ ਸ਼ੰਭੂ ਬਰੀ ਟੱਪਣ ਦਿੰਦੇ ਸੀ ਕਿੱਥੇ ਜਾਈਏ ਅਸੀਂ ਉਹਨੇ ਆਪਣਾ ਰੋਣਾ ਰੋਇਆ ਸੀ ਦੂਸਰੀ ਚੀਜ਼
ਕੈਪਟਨ ਨੇ ਜਿਹੜਾ ਸੀ ਉਹਦਾ ਨਾਂ ਨੀ ਲਿਆ ਸਿੱਧੂ ਦਸਤੇ, ਲੇਕਿਨ ਸਿੱਧੂ ਨੇ ਜੇ ਬਾਕੀਆਂ ਚ ਖੀ ਚ ਨਾ ਲਿਆ ਕੈਪਟਨ ਦਾ ਤੇ ਜਰੂਰ ਲਿਆ ਉਹਨੇ। ਉਹ ਨਾਂ ਲੈਣ ਲੈਣ ਕਰਕੇ ਮੁੜ ਕੇ ਜੋ ਟਰੈਕਟਰ ਤੇ ਬੈਠੇ ਸਿੱਧੂ ਮੁੜ ਕੇ ਗਾਇਬ ਹੋ ਗਿਆ ਤੇ ਲੱਭਾ ਮੁੜ ਕੇ ਉਸ ਤੋਂ ਬਾਅਦ। ਹੁਣ ਸਿੱਧੂ ਨੂੰ ਤੁਸੀਂ ਪਹਿਲਾਂ ਤੇ ਰਾਵਤ ਸਾਹਿਬ ਦੇ ਘਰ ਕੇ ਖਾਣਾ ਖਾਣ ਗਏ, ਮੁੜ ਕੇ ਅਗਲੇ ਦਿਨ ਜਾ ਕੇ ਨਾਸ਼ਤਾ ਕੀਤਾ, ਦੋ ਵਿਲ ਭੀਖ ਮਨਾ ਕੇ ਦੇ। ਸਿੱਧੂ ਹੁਣ ਵੀ ਨਾਰਾਜ਼ ਹੋ ਗਿਆ ਜਿਵੇਂ ਕਿ ਉਹਨੂੰ ਇਸ ਗੱਲ ਦਾ ਲੱਗਦਾ ਵੀ ਜਦੋਂ ਆਂਦੇ ਵੀ ਉਹ ਪੰਡਾਲ ਖਾਲੀ ਸੀ, ਸਿੱਧੂ ਆਇਆ ਤੇ ਨੌਜਵਾਨ ਵੱਡੀ ਗਿਣਤੀ ਉੱਥੇ ਆ ਕੇ ਉੱਥੇ ਵੜਿਆ। ਇਹਦਾ ਮਤਲਬ ਜੇ ਸਿੱਧੂ ਕੱਲ ਨੂੰ ਆਪਣੀ ਵੱਖਰੀ ਚੋਣ ਲੱਗਦਾ ਤੇ ਉਹ ਆਪਣੇ ਪੈਰ ਪੱਕੇ ਜਿਹੜੇ ਇਹਨਾਂ ਦੀਆਂ ਰੈਲੀਆਂ ਨੇ ਸਾਰੇ ਕਰਕੇ ਲੈ ਰਿਹਾ, ਉਹਨੂੰ ਬੁਲਾਓ ਆਪਣੀ ਗੱਲ ਕਰਦਾ ਨਾ। ਉਹਨੇ ਕਾਂਗਰਸ ਦੀ ਉੱਥੇ ਕੋਈ ਬਹੁਤੀ ਗੱਲ ਨੀ ਕੀਤੀ, ਐਮ ਐਸ ਪੀ ਦੀ ਗੱਲ ਕੀਤੀ ਆ, ਉਹਦੀ ਗੱਲ ਬਿਲਕੁਲ ਠੀਕ ਆ। ਐਮ ਐਸ ਪੀ ਸਟੇਟ ਕਮੇਟੀ ਨੇ ਨਿਰਧਾਰਤ ਕਰਦੀ ਸੀ, ਐਮ ਐਸ ਪੀ ਜਿਹੜੀ ਹਿਮਾਚਲ ਪ੍ਰਦੇਸ਼ ਦੇ ਸੇਬ ਦੀ ਗੱਲ ਕੀਤੀ, ਇਹ ਬਿਲਕੁਲ ਸਹੀ ਗੱਲ ਆ। ਸੇਬ ਦੀ ਐਮ ਐਸ ਪੀ ਉੱਥੇ ਹਿਮਾਚਲ ਸਰਕਾਰ ਆਪ ਨਿਰਧਾਰਤ ਕਰਦੀ, ਸਾਡੀ ਐਮ ਐਸ ਪੀ ਇਹ ਹੋਊਗੀ। ਅਸੀਂ ਨੀ ਕਰਦੇ, ਉਹ ਕਹਿੰਦੇ ਸਟੇਟ ਗਵਰਨਮੈਂਟ ਕਰੇ, ਮਤਲਬ ਸੰਘਾਤਮਕ ਢਾਂਚੇ ਦੀ ਉਹਨੇ ਜਿਹੜੀ ਗੱਲ ਕੀਤੀ ਹੈ। ਤੇ ਕੱਲ ਨੂੰ ਜੇ ਕਿਤੇ ਵੱਖਰਿਆਂ ਨੂੰ ਚੋਣ ਲੜਨ ਦੀ ਗੱਲ ਲੜਨੀ ਪਈ ਤੇ ਉਹ ਲੋਕਾਂ ਨੇ ਜਾ ਕੇ ਜਾਊਗਾ ਵੀ ਵੇਖੋ ਮੈਂ ਤੇ ਪਹਿਲਾਂ ਵੀ ਸੰਘਾਤਮਕ ਢਾਂਚੇ ਦੀ ਕਰਦਾ ਤੇ ਅੱਜ ਵੀ ਗੱਲ ਕਰਦਾ ਤੁਹਾਡੀ ਨੇ, ਮਤਲਬ ਕਿਸਾਨਾਂ ਦਾ ਮਸੀਹਾ ਬਣ ਸਕਦਾ ਕਿਸੇ ਵੇਲੇ ਜੇ ਕਿਤੇ ਏਦਾਂ ਦੀ ਗੱਲ ਚੱਲਦੀ ਰਹੀ ਤੇ। ਜੇਕਰ ਹਾਲ ਦੀ ਕਰੀ ਜਿਹੜੇ ਆ ਉਹਨੇ ਫਿਰ ਜਿਹੜੇ ਸ਼ੇਰ ਬੋਲੇ ਤੁਸੀਂ ਉਹ ਵੀ ਬੜੇ ਪਿਆਰੇ ਬੋਲੇ ਉਹਨੇ ਬਿਲਕੁਲ। ਬਸ ਹੁਣ ਮੈਨੂੰ ਆਹ ਦੱਸ ਦਿਓ ਪੱਟੀ ਸਾਹਿਬ ਸੰਸਦ ਭਵਨ ਵਾਲੀ ਜਲਦੀ ਨਾਲ ਜੀ, ਕਿਉਂਕਿ ਰੋਪੜ ਦੇ ਨੇ ਪੰਜ ਮੁੰਡੇ ਜਾ ਕੇ ਧਰਨੇ ਤੇ ਬੈਠੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਜੀ, ਤੇ ਸਾਡੇ ਮਾਨਯੋਗ ਜਹਿਦਰ ਅਕਾਲ ਤਖ਼ਤ ਸਾਹਿਬ ਵਾਲੇ ਗਏ ਨੇ ਜਾ ਕੇ ਸਨਮਾਨਿਤ ਕਰਕੇ ਸ਼ਾਬਾਸ਼ ਦੇ ਕੇ ਤੁਸੀਂ ਬਹੁਤ ਚੰਗਾ ਕੰਮ ਕਰਿਆ, ਬੈਠੇ ਉੱਥੇ ਬੈਠੇ ਰਹੋ ਜੀ, ਸਾਡੀ ਸਪੋਰਟ ਤੁਹਾਡੇ ਨਾਲ, ਜੇ ਤੁਹਾਨੂੰ ਕੋਈ ਲੋੜ ਹੋਵੇ ਦਿੱਲੀ ਕਮੇਟੀ ਸ਼੍ਰੋਮਣੀ ਕਮੇਟੀ ਤੁਹਾਡੀ ਮਦਦ ਕਰੇਗੀ। ਲੇਕਿਨ ਅੱਜ ਤੱਕ ਮਨਜਿੰਦਰ ਸਿੰਘ ਸਿਰਸੇ ਨੇ ਆਪਣਾ ਕੋਈ ਬਿਆਨ ਦਿੱਤਾ ਬੀਜੇਪੀ ਦੇ ਖਿਲਾਫ਼, ਕੋਈ ਗੱਲ ਨੀ ਕੀਤੀ। ਹੁਣ ਅਗਲੀ ਗੱਲ ਜੇ ਹੁਣ ਜਹਿਦਾਰ ਸਾਹਿਬ ਨੂੰ ਇੱਕ ਸਵਾਲ ਆ, ਸਵਾਲ ਹੈ ਕਿ ਜਥੇਦਾਰ ਸਾਹਿਬ ਤੁਸੀਂ ਦਿੱਲੀ ਦੇ ਸਰੋਪਤ ਦੇਣ ਚਲੇ ਗਏ ਹੋ, ਤੁਹਾਡੇ ਦਫ਼ਤਰ ਤੋਂ ਚੰਦ ਕਦਮ ਦੂਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਅਦ ਅੱਜ ਮੇਖਾ 21 ਦਿਨ ਕੇ 22 ਦਿਨ ਹੋ ਗਏ ਬੈਠਿਆਂ ਨੂੰ ਸਤਿਕਾਰ ਕਮੇਟੀ ਵਾਲਿਆਂ ਨੂੰ, ਉਹ ਕੋਈ ਆਪਣਾ ਮੁੱਦਾ ਲੈ ਕੇ ਨੀ ਬੈਠੇ, ਕੋਈ ਆਪਣੀ ਮੰਗ ਨੀ ਲੈ ਕੇ ਬੈਠੇ। ਉਹ ਜਿਹੜੀ ਗੱਲ ਤੁਸੀਂ ਕੀਤੀ ਆ 328 ਸਰੂਪਾਂ ਦੀ, ਉਹ ਮੰਗ ਲੈ ਕੇ ਬੈਠੇ। ਜੇ ਸਵਾਦ ਤਾਂ ਤਦ ਨਾ ਜੇ ਉਹਨਾਂ ਨੂੰ ਜਾ ਕੇ ਸੁਰੱਖਿਅਤ ਪਾਓ, ਤੁਸੀਂ ਬਹੁਤ ਚੰਗਾ ਕਰ ਰਹੇ ਹੋ, ਮਾੜਾ ਉਹ ਵੀ ਨੀ ਕਰ ਰਹੇ। ਇਸ ਕਰਕੇ ਜਹਿਦਰ ਸੋਚਦਾ ਵੀ ਆਪਣੀ ਨਿਗਾਹ ਥੋੜੀ ਜੀ ਇਸ ਪਾਸੇ ਫੇਰਨ, ਐਨਕਾਂ ਤਬਦੀਲ ਕਰਨ, ਇਹ ਵੀ ਉਹੀ ਕੰਮ ਕਰਨ ਦੇ ਜੋ ਉਹ ਕਰਨ ਦੇ ਜੀ। ਕਾਲ ਲੈ ਲਈਏ ਜੀ, ਵਟਸਐਪ ਕਾਲ, ਜਗਵਾਲ ਸਿੰਘ ਜੀ ਵੈਨਕੂਵਰ ਤੋਂ। ਸਤਿ ਸ੍ਰੀ ਅਕਾਲ ਬਾਈ ਦੋਨਾਂ ਨੂੰ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇੱਕ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਤੁਹਾਡਾ ਰੇਡੀਓ ਸਰਕਾਰੀ ਅਧਾਰੇ ਸੁਣਿਆ ਜਾਂਦਾ, ਤੁਹਾਡੀ ਗੱਲ ਦਾ ਅਸਰ ਹੁੰਦਾ ਜੀ। ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ, ਅਗਰ ਕੋਈ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਜਾਂ ਜਿਨ੍ਹਾਂ ਦੀ ਅੱਗੇ ਪਹੁੰਚ ਹੈਗੀ ਆ, ਜਿਹੜੇ ਅੱਗੇ ਗੱਲਾਂ ਆਪਣੀ ਰੱਖਦੇ ਨੇ ਅੱਗੇ ਜਾ ਕੇ, ਉਹਨਾਂ ਨੂੰ ਰਿਕੁਐਸਟ ਆ ਕਿ ਅਗਰ ਅਕਾਲੀ ਦਲ ਵਾਲੇ ਹੁਣ ਡੈਮੇਜ ਕੰਟਰੋਲ ਕਰ ਰਹੇ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ, ਇਹ ਹੁਣ ਉੱਥੋਂ ਅਸਤੀਫਾ ਦੇ ਤਾ, ਇਹਨਾਂ ਨੇ ਆਹ ਵੀ ਕਰਤਾ ਉਹ ਵੀ ਕਰਤਾ ਵਟ ਐਵਰ ਕੁਛ ਵੀ ਕਰਤਾ, ਚੰਗੀ ਗੱਲ ਆ ਕਰ ਰਹੇ ਨੇ, ਅਗਰ ਡੈਮੇਜ ਕੰਟਰੋਲ ਕਰ ਰਹੇ ਨੇ ਤਾਂ ਪੰਜਾਬ ਦਾ ਜਿਹੜਾ ਮੇਨ ਮੁੱਦਾ ਵਾ ਉਹਦੇ ਬਾਰੇ ਵੀ ਸੋਚਣ। ਕੋਈ ਕੋਈ ਜਿੰਨੇ ਬੰਦੇ ਟਰੈਕਟਰ ਮਗਰ ਲਈ ਫਿਰਦੇ ਆ ਉਹ ਕੋਈ ਨੀ ਕਹਿ ਰਿਹਾ ਭਾਈ, ਪੰਜਾਬ ਦਾ ਜਿਹੜਾ ਕਿਸਾਨੀ ਦੇ ਨਾਲ ਨਾਲ ਜਿਹੜਾ ਸਹਾਇਕ ਧੰਦਾ ਉਹ ਦੁੱਧ ਦਾ ਵਾ, ਬਿਲਕੁਲ ਦੁੱਧ ਨੂੰ ਜਿੰਦਾ ਰੱਖ ਰਿਹਾ ਆਪਣਾ ਵੀਰਕਾ ਪਲਾਂਟ ਜਿਹੜਾ ਕਿ ਕੈਪਟਨ ਕਮਲਜੀਤ ਬਚਾ ਗਿਆ, ਠੀਕ ਆ ਜੀ। ਪਰ ਉਹਦੇ ਖਾਤਰ ਹੁਣ ਤੁਸੀਂ ਯਕੀਨ ਨੀ ਕਰਨਾ, ਮੈਂ ਪੰਜਾਬ ਨਾਲ ਸੰਬੰਧਿਤ ਆ ਕਿ ਹੁਣ ਨੈਸਲੇ ਵਾਲਿਆਂ ਨੇ ਹੱਥ ਖੜੇ ਕਰਤੇ ਵੀ ਅਸੀਂ ਇੰਨਾ ਜਿੰਨਾ ਤੁਹਾਡਾ ਸਪੋਜ਼ ਕਿਸੇ ਬੰਦੇ ਦਾ ਇੱਕ ਕੁਇੰਟਲ ਦੁੱਧ ਪੈਂਦਾ ਸੀ ਉਹਦਾ ਅਸੀਂ ਇੱਕ ਕੁਇੰਟਲ ਲਵਾਂਗੇ, ਕਿਉਂਕਿ ਸਿਆਲ ਦੇ ਵਿੱਚ ਦੁੱਧ ਦੀ ਜਿਹੜੀ ਮਤਲਬ ਪ੍ਰੋਡਕਸ਼ਨ ਵੱਧ ਜਾਂਦੀ ਆ, ਕੰਜਮਪਸ਼ਨ ਜਿਹੜੀ ਚੱਲਦੀ ਪਰ ਪ੍ਰੋਡਕਸ਼ਨ ਵੱਧ ਜਾਂਦੀ ਆ, ਗਰਮੀ ਵਿੱਚ ਪਸ਼ੂ ਦੁੱਧ ਸੁਕਾ ਜਾਂਦੇ ਆ ਜੀ। ਤੇ ਹੁਣ ਕੋਈ ਇਹ ਨੀ ਕਹਿ ਰਿਹਾ ਵੀ ਭਾਈ ਤੁਸੀਂ ਇੰਨਾ ਕੁਛ ਕਰ ਰਹੇ ਹੋ ਕਿ ਐਸ ਜੀ ਪੀ ਅਸੀਂ ਆਪਣੇ ਅਕਾਲੀਆਂ ਦੇ ਥੱਲੇ ਆ, ਆਪਾਂ ਮੰਨਦੇ ਆ ਅਸੀਂ ਉਸ ਅਕਾਲ ਤਖ਼ਤ ਨੂੰ ਮੰਨਦੇ ਆ, ਠੀਕ ਆ ਵੀ ਉਹ ਘੱਟੋ ਘੱਟ ਜਿਹੜਾ ਉੱਥੇ ਹੁਣ ਪਿਛਲੇ ਦਿਨਾਂ ਦੇ ਵਿੱਚ ਦੁੱਧ ਆਪਣਾ ਘਿਓ ਜਿਹੜਾ ਪੰਜਾਬ ਦਾ ਵੇਰਕਾ ਨਾ ਲਿਆ ਜਾ ਕੇ ਹਿਮਾਚਲ ਦੀ ਇੱਕ ਕੰਪਨੀ ਨਾਲ ਸੋ ਕਾਲਡ ਕੋਈ ਮਹਾਰਾਸ਼ਟਰ ਉਹਦਾ ਲਿਆ ਜਾ ਰਿਹਾ, ਹਾਂਜੀ ਉਹਨੂੰ ਮਤਲਬ ਖਤਮ ਕਰੋ ਜੀ,
ਉਹਦਾ ਖਤਮ ਕਰੋ ਘੱਟੋ ਘੱਟ ਪੰਜਾਬ ਦਾ ਜਿਹੜਾ ਦੁੱਧ ਵਿਕ ਰਿਹਾ ਜੋ ਉਤੋਂ ਜਿਹੜਾ ਘਿਓ ਲਾਇਆ ਜਾ ਰਿਹਾ ਵੀ ਘੱਟੋ ਘੱਟ ਘਿਓ ਤਾਂ ਪੰਜਾਬ ਦੇ ਵਿੱਚ ਵਰਤਿਆ ਜਾਵੇ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਹਾਂ ਕੋਈ ਮੇਰੀ ਇਹ ਗੁਜ਼ਾਰਿਸ਼ ਅੱਗੇ ਫਾਰਵਰਡ ਕਰੋ ਕਿ ਕਿਸੇ ਤਰੀਕੇ ਨਾਲ ਉਹਨਾਂ ਦੇ ਕੰਨ ਖੁੱਲਣ ਜੇ ਇੰਨਾ ਡੈਮੇਜ ਕੰਟਰੋਲ ਕਰ ਰਹੇ ਹੋ ਤਾਂ ਇਹ ਵੀ ਕਰਕੇ ਦੇਖ ਲਓ ਜਿਹੜੇ ਕਿਸਾਨ ਤੁਰੇ ਫਿਰਦੇ ਹਰੇਕ ਦੇ ਘਰੇ ਮੱਝਾਂ ਹੈ ਹਰੇਕ ਦੇ ਘਰੇ ਗਾਂ ਵਾ ਉਹ ਕਿਉਂ ਨੀ ਗੱਲ ਕਰ ਰਹੇ ਨੀ ਟਰੈਕਟਰ ਲੈ ਕੇ ਤੁਰ ਪੈਂਦੇ ਆ ਜੀ ਬਹੁਤ ਬਹੁਤ ਮਿਹਰਬਾਨੀ ਜਿਹੜੀ ਗੱਲ ਤੁਸੀਂ ਵੀਰ ਜੀ ਕੀਤੀ ਆ ਤੁਸੀਂ ਬਿਲਕੁਲ ਠੀਕ ਕੀਤੀ ਉਹ ਜਿਹੜਾ ਕੰਟਰੈਕਟ ਹੋਇਆ ਸੀ 3 ਮਹੀਨੇ ਦਾ ਹੋਇਆ ਸੀ ਸਿਰਫ ਜੀ ਜੀ ਉਹ ਮੇਰੇ ਖਿਆਲ ਕੁਛ ਦਿਨਾਂ ਬਾਅਦ ਕੰਟਰੈਕਟ ਆਟੋਮੈਟਿਕਲੀ ਮੁੱਕ ਜਾਣਾ ਇਹਨਾਂ ਨੂੰ ਮੁੜ ਕੇ ਵੇਖ ਕੇ ਕੋਈ ਸਭ ਕੁਛ ਲੈਣਾ ਪੈਣਾ ਜਿਹੜੀ ਗੱਲ ਤੁਸੀਂ ਦੁੱਧ ਦੀ ਗੱਲ ਕੀਤੀ ਆ ਦੁੱਧ ਇੰਨਾ ਪੈਦਾ ਕਰਨ ਦੇ ਬਾਵਜੂਦ ਹੀ ਪੰਜਾਬ ਦੇ ਵਿੱਚ ਨਕਲੀ ਦੁੱਧ ਬਹੁਤ ਬਹੁਤ ਵੱਡੀ ਮਾਤਰਾ ਚ ਬਣ ਰਿਹਾ ਬਹੁਤ ਵੱਡਾ ਬਹੁਤ ਵੱਡਾ ਮੋਟਰ ਹੋਵੇ ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪੋਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ ਕਰੋ ਦੋ ਲੋਕੇਸ਼ਨ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519-622-0660 QTL because we care Quick Truck Lube ਜਸੀ ਆ ਕੀ ਅਸੀਂ ਪਹੁੰਚ ਵੀ ਗਏ ਤੁਸੀਂ ਹਜੇ ਤਿਆਰ ਨਹੀਂ ਹੋਏ ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ ਤਿਆਰ ਕੀ ਹੋਵਾਂ ਪ੍ਰੀਤ ਦੇ ਪਾਪਾ ਤਾਂ ਆਏ ਨੀ ਕਿਉਂ ਕੀ ਹੋ ਗਿਆ ਹੋਣਾ ਕੀ ਆ ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ ਘਰੇ ਤਾਂ ਆਉਣਾ ਨੀ ਜਦੋਂ ਦੇਖੋ ਖਰਾਬ ਹੀ ਰਹਿੰਦਾ ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ ਜੀ ਹਾਂ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ DOT ਸੇਫਟੀ ਇੰਸਪੈਕਸ਼ਨ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲੱਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460 ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟ੍ਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਟੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿਲ ਟ੍ਰੈਵਲ ਸੈਂਟਰ 14814 ਐਲੋਮ ਸਟੀਟ ਲਾਸਟ ਹਿਲਸ ਫੋਨ ਨੰਬਰ 661-8793-2354 ਟ੍ਰੈਂਚ ਵਿਧੀ ਨਾਲ ਗੰਨੇ ਦੀ ਬਿਜਾਈ ਕਰੋ 80 ਮਹੀਨੇ ਦੇ ਵਿਚ ਟ੍ਰੈਂਚ ਵਿਧੀ ਨਾਲ ਗੰਨਾ ਬੀਜ ਕੇ ਤੁਸੀਂ ਜ਼ਿਆਦਾ ਝਾੜ ਲੈ ਸਕਦੇ ਹੋ ਤੇ ਇਸ ਵਿਚ ਰਲਵੀਆਂ ਫਸਲਾਂ ਬੀਜ ਕੇ ਆਮਦਨ ਚ ਚੋਖਾ ਵਾਧਾ ਕਰ ਸਕਦੇ ਹੋ ਰਾਣਾ ਸ਼ੂਗਰ ਮਿਲ ਤੁਹਾਨੂੰ ਦਵਾਈਆਂ ਅਤੇ ਸੰਦ ਤੇ ਢੁਕਵੀਂ ਸਬਸਿਡੀ ਵੀ ਦਿੰਦੀ ਹੈ ਤੇ ਗੰਨੇ ਦੀ ਜਾਣਕਾਰੀ ਲਈ ਸੰਪਰਕ ਕਰੋ ਮਨਦੀਪ ਸਿੰਘ ਹੋਰਾਂ ਨਾਲ 80-54-01-82-83 8054018281 80 ਮਹੀਨੇ ਦੀ ਗੰਨੇ ਦੀ ਬਜਾਈ ਵਧੇਰੇ ਆਮਦਨ ਦਿੰਦੀ ਹੈ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ.com QTL ਬਿਕਾਜ਼ ਵੀ ਕੇਅਰ Quick Truck Lube!
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। ਦੋ ਪਰੌਂਠੇ ਸਿਰਫ 499 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615888 6081 885 8858। ਐਡਰੈਸ 2201 ਸਾਊਥ ਯੂਨੀਅਨ ਐਵੀਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਜੇਬੀ ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੇਟ ਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ, 5 ਸਾਲ ਦਾ ਫਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ, ਇਹ ਇੰਜਨ, ਟਰੱਕ, ਟ੍ਰੇਲਰ, ਏਸੀ, ਇਲੈਕਟ੍ਰੀਕਲ, ਡੀਪੀਐਫ, ਡੀਈਐਫ ਰਿਪੇਅਰ ਕਰਦੇ ਹਨ, ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, ਸਰਟੀਫਾਈਡ 90 ਡੇ ਡੀਓਟੀ ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇੰਸਪੈਕਸ਼ਨ ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰਸ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਰਾਣਾ ਸ਼ੂਗਰਸ ਲਿਮਟਿਡ ਮੋਟਰ ਸਿਵੀ ਅੰਮ੍ਰਿਤਸਰ ਦਾ ਵੱਡਾ ਦਾਵਾ, ਚੁਕੰਦਰ ਦੀ ਖੇਤੀ ਕਰੋ, ਕਣਕ ਨਾਲੋਂ ਵੱਧ ਮੁਨਾਫਾ ਕਮਾਓ। ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ ਤੇ ਜਿਸ ਜਗ੍ਹਾ ਤੇ ਚੁਕੰਦਰ ਦੀ ਖੇਤੀ ਹੁੰਦੀ ਹੈ ਉਸ ਦੀ ਉਪਜਾਊ ਸ਼ਕਤੀ ਵੱਧਦੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸੁਖਚੈਨ ਸਿੰਘ ਹੋਰਾਂ ਨਾਲ 9888997609। 98-88-99-76-09। ਚੁਕੰਦਰ ਦੀ ਖੇਤੀ ਕਰੋ, ਵੱਧ ਆਮਦਨ। ਰਾਣਾ ਸ਼ੂਗਰਸ ਲਿਮਟਿਡ ਬੁੱਟਰ ਸੀਵੀਆਂ ਅੰਮ੍ਰਿਤਸਰ।